ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੀ ਮਨ ਮੇਰੀ ਗੁਰ ਕਰ ਸ਼ਬਦ ਸਪੁਨ ਅਗਨ ਕਟੈ ਸਭ ਤੇਰੇ ਗੁਰ ਨਾਇਣਾ ਬੈਣ ਗੁਰ ਗੁਰ ਕਰੋ ਗੁਰੂ ਸਤ ਕਵ ਨਲ ਕਹੈ ਜਿਨ ਗੁਰੂ ਨਾ ਦੇਖਿਓ ਨਹਿ ਕੀਓ ਤੈ ਅਗਿਆਥ ਸੰਸਾਰ ਮੈਂ ਦੀਨ ਵਿਸਾਰਿਓ ਰੇ ਦੀਵਾਨੇ ਦੀਨ ਵਿਸਾਰਿਓ ਰੇ ਪੇਟ ਭਰਿਓ ਪਸ਼ੂਆ ਜਿਉਂ ਸੋਇਓ ਮਨੁੱਖ ਜਨਮ ਹੈ ਹਾਰਿਓ ਰਹਾਉ ਸਾਧ ਸੰਗਤ ਕਬਹੂ ਨਹੀਂ ਕੀਨੀ ਰਚਿਓ ਧੰਦਾ ਹੈ ਝੂਠ ਸਵਾਨ ਸੁਕਰ ਬਾਇਸ ਜਿਵੇਂ ਭਟਕਤ ਚਾਲਿਓ ਆਪਸ ਕੋ ਦੀਰਘ ਕਰ ਮਾਨੈ ਔਰਨ ਕੋ ਲਗ ਮਾਤ ਮਨਸਾ ਬਾਜਾ ਕਰਮਨਾ ਮੈਂ ਦੇਖੇ ਦੋਜ਼ਕ ਜਾਤ ਕਾਮੀ ਕ੍ਰੋਧੀ ਚਾਤੁਰੀ ਬਾਜੀਗਰ ਬੇਗਾਮ ਨਿੰਦਾ ਕਰਤੇ ਜਨਮ ਸਿਰਾਨੋ ਕਬਹੂ ਨਾ ਸਿਮਰਿਓ ਰਾਮ ਕਹਿ ਕਬੀਰ ਚੇਤੈ ਨਹੀਂ ਮੂਰਖ ਮੁਗਦ ਗਵਾਰੋ ਰਾਮ ਨਾਮ ਜਾਣਿਓ ਨਹੀਂ ਕੈਸੇ ਉਤਰ ਸਪਾ ਕਹਿ ਕਬੀਰ ਚੇਤੈ ਨਹੀਂ ਮੂਰਖ ਮੁਗਦ ਗਵਾਰੋ ਰਾਮ ਨਾਮ ਜਾਣਿਓ ਨਹੀਂ ਕੈਸੇ ਉਤਰ ਸਪਾ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਜੁੜ ਬੈਠੇ ਸਤਿਕਾਰਯੋਗ ਸਤਸੰਗੀ ਜਨੋ ਆਓ ਕਲਗੀ ਧਾਰੋ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਿਨਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਦੇ ਇਸ ਗੁਰਮਤਿ ਸਮਾਗਮ ਵਿੱਚ ਆਪ ਜੀ ਲੰਬਾ ਸਮਾਂ ਗੁਰੂ ਦੀ ਗੋਦ ਵਿੱਚ ਜੁੜ ਕੇ ਹਾਜ਼ਰੀਆਂ ਲਵਾਈਆਂ ਹਨ। ਮੇਰੇ ਤੋਂ ਪਹਿਲਾਂ ਸਤਿਕਾਰਯੋਗ ਭੈਣਾਂ ਨੇ ਗੁਰਬਾਣੀ ਦੀ ਰੋਸ਼ਨੀ ਵਿੱਚ ਇਤਿਹਾਸ ਸੰਗਤਾਂ ਦੇ ਨਾਲ ਸਾਂਝਾ ਕੀਤਾ ਹੈ। ਆਓ ਜਿਸ ਗ੍ਰੰਥ ਦੇ ਲੜ ਜਿਸ ਬਾਣੀ ਦੇ ਲੜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਲਾ ਕੇ ਗਏ ਨੇ
ਆਓ ਸਾਡਾ ਸਾਰਿਆਂ ਦਾ ਪ੍ਰਥਮ ਭੁਜ ਬਣਦਾ ਹੈ ਉਹ ਵਿਚਾਰਧਾਰਾ ਬਾਣੀ ਦੇ ਸ਼ਬਦਾਂ ਨੂੰ ਸਮਝਣ ਦਾ ਕਿ ਗੁਰਦੇਵ ਜੀ ਦਾ ਮਕਸਦ ਕੀ ਸੀ। ਆਓ ਜਿਸ ਪਾਵਨ ਸ਼ਬਦ ਦਾ ਹੁਣੇ ਆਪਾਂ ਪਾਠ ਕੀਤਾ ਹੈ, ਪਾਵਨ ਸ਼ਬਦ ਰਾਗ ਮਾਰੂ ਅੰਦਰ ਭਗਤ ਕਬੀਰ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਅੰਕ 1105 ਉੱਪਰ ਸੁਭਾਈਮਾਨ ਹੈ। ਗੁਰਦੇਵ ਜੀ ਦੀ ਰਚਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੌਜੂਦ ਹੈ, ਭਗਤਾਂ ਦੀ ਬਾਣੀ, ਪੱਟਾਂ ਦੀ ਬਾਣੀ, ਸਿੱਖਾਂ ਦੀ ਬਾਣੀ, ਜੋ ਅੱਜ ਸਾਡੇ ਕੋਲ ਐਡਾ ਵੱਡਾ ਮਹਾਨ ਖਜ਼ਾਨਾ ਹੈ, ਆਓ ਉਸ ਖਜ਼ਾਨੇ ਵਿੱਚੋਂ ਭਗਤ ਕਬੀਰ ਜੀ ਦੀ ਰਚਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਨੂੰ ਆਪਾਂ ਸਾਂਝਾ ਕਰਨਾ ਹੈ। ਸਾਰੀ ਸੰਗਤ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਬੁਲੰਦ ਆਵਾਜ਼ ਵਿੱਚ ਸਾਰੀ ਸੰਗਤ ਇੱਕੇ ਵਾਰ ਕਹਿਣ 'ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਇੱਕ ਵਾਰ ਸ਼ਬਦ ਦੀਆਂ ਇਹਨਾਂ ਤੁਕਾਂ ਨੂੰ ਰਲ ਕੇ ਪੜ੍ਹੀਏ ਤਾਂ ਕਿ ਸਾਡਾ ਧਿਆਨ ਗੁਰੂ ਸ਼ਬਦ ਵਿੱਚ ਜੁੜ ਸਕੇ। ਜਿਸ ਮਕਸਦ ਵਾਸਤੇ ਅਸੀਂ ਗੁਰੂ ਦੀ ਗੋਦ ਵਿੱਚ ਬੈਠੇ ਹਾਂ ਉਹ ਮਕਸਦ ਸਾਡਾ ਪੂਰਾ ਹੋ ਸਕੇ। ਆਓ ਰਲ ਕੇ ਸਾਰੀ ਸੰਗਤ ਇਹਨਾਂ ਤੁਕਾਂ ਦਾ ਪਾਠ ਕਰੀਏ। ਜਿਹੜੀ ਸੰਗਤ ਗੁਰਦੁਆਰਾ ਸਾਹਿਬ ਤੋਂ ਬਾਹਰ ਬੈਠੀ ਹੈ ਚਾਹੇ ਗੁਰਦੁਆਰਾ ਸਾਹਿਬ ਦੇ ਆਪਾਂ ਅੰਦਰ ਬੈਠੇ ਹਾਂ, ਸਾਰੇ ਰਲ ਕੇ ਇਹਨਾਂ ਤੁਕਾਂ ਦਾ ਪਾਠ ਕਰੋ ਜੀ। ਦੀਨ ਬਿਸਾਰਿਓ ਰੇ ਦੀਵਾਨੇ, ਦੀਨ ਬਿਸਾਰਿਓ ਰੇ, ਦੀਨ ਬਿਸਾਰਿਓ ਰੇ ਦੀਵਾਨੇ, ਦੀਨ ਬਿਸਾਰਿਓ ਰੇ, ਸੋਇਓ ਪੇਟ ਭਰਿਓ ਪਸ਼ੂ ਆ ਜੋ ਸੋਇਓ, ਸਾਰੇ ਹਾਜ਼ਰੀ ਲਵਾਓ ਜੀ, ਪੇਟ ਭਰਿਓ ਪਸ਼ੂ ਆ ਜੋ ਸੋਇਓ, ਪੇਟ ਭਰਿਓ ਪਸ਼ੂ ਆ ਜੋ ਸੋਇਓ, ਮਨੁੱਖ ਜਨਮ ਹੈ ਹਾਰਿਓ, ਮਨੁੱਖ ਜਨਮ ਹੈ ਹਾਰਿਓ, ਸਾਧ ਸੰਗਤ ਕਬੂ ਨਹੀਂ ਕੀਨੀ, 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 ਰਚਿਓ ਤੰਦੈ ਝੂਠ, ਰਚਿਓ ਤੰਦੈ ਝੂਠ, ਰਚਿਓ ਤੰਦੈ ਝੂਠ, ਰਚਿਓ ਤੰਦੈ ਝੂਠ, ਦੀਨ ਬਿਸਾਰਿਓ ਰੇ ਦੀਵਾਨੇ, ਦੀਨ ਬਿਸਾਰਿਓ ਰੇ, ਜੋ ਸੋਇਓ ਪੇਟ ਭਰਿਓ ਪਸ਼ੂ ਆ ਜੋ ਸੋਇਓ, ਮ
ਮਨੁੱਖ ਜਨਮ ਹੈ ਹਾਰਿਓ, ਮਨੁੱਖ ਜਨਮ ਹੈ ਹਾਰਿਓ, ਮਨੁੱਖ ਜਨਮ ਹੈ ਹਾਰਿਓ, ਮਨੁੱਖ ਜਨਮ ਹੈ ਹਾਰਿਓ, ਗੱਲ ਕਹੀ ਹੈ ਭਗਤ ਕਬੀਰ ਜੀ ਨੇ ਸ਼ਬਦ ਵਿੱਚ। ਤੁਹਾਡੇ ਵਿੱਚੋਂ ਜਿਹੜੇ ਬਾਣੀ ਪੜ੍ਹਨ ਵਾਲੇ ਗੁਰੂ ਕੇ ਪਿਆਰੇ ਬੈਠੇ ਨੇ, ਉਹ ਭਲੀ ਭਾਂਤ ਇਹਨਾਂ ਸ਼ਬਦਾਂ ਦੇ ਅਰਥਾਂ ਨੂੰ ਸਮਝਦੇ ਹੋਣਗੇ। ਜਿਹੜੇ ਆਪ ਨਹੀਂ ਬਾਣੀ ਪੜ੍ਹਦੇ, ਥੋੜ੍ਹਾ ਜਿਹਾ ਧਿਆਨ ਦਿਓ ਤਾਂ ਕਿ ਸਾਨੂੰ ਬਾਣੀ ਦੀ ਤਰਤੀਬ ਦੀ ਸਮਝ ਆ ਸਕੇ। ਦੀਨ ਲਫ਼ਜ਼ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਆਉਂਦਾ ਹੈ, ਦੱਦੇ ਨੂੰ ਬਿਹਾਰੀ ਤੇ ਨੰਨੇ ਨੂੰ ਔਂਕੜ, ਉਹਦਾ ਅਰਥ ਹੁੰਦਾ ਹੈ ਮਜ਼ਬ ਧਰਮ। ਜਿਵੇਂ ਇਹ ਸ਼ਬਦ ਆਪਾਂ ਪਾਠ ਕੀਤਾ ਹੈ, ਜੇ ਭਗਤ ਕਬੀਰ ਜੀ ਕਹਿੰਦੇ ਦੀਨ ਵਿਸਾਰਿਓ, ਭਾਵ ਧਰਮ ਵਿਸਾਰ ਦਿੱਤਾ, ਬਕਾਇਦਾ ਨੰਨੇ ਨੂੰ ਉਪਰ ਲੱਗਾ ਹੈ। ਜਦੋਂ ਆਉਂਦਾ ਦੀਨਾਂ ਉੱਤੇ ਦਇਆ ਕਰਨ ਵਾਲਾ, ਉਦੋਂ ਆਏਗਾ ਦੀਨ ਦਾ ਅਰਥ ਨਿਵਾਣਾ, ਨਿਤਾਣਾ, ਵੀ ਦੀਨ ਦਇਆਲ ਭਰੋਸਾ ਤੇਰੇ ਸਭ ਪਰਿਵਾਰ ਚੜਾਇਓ ਬੇੜੇ। ਉੱਥੇ ਦੀਨ ਦਾ ਅਰਥ ਹੈ ਨਿਮਾਣਾ, ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਅਕਾਲ ਪੁਰਖ ਪਰਮਾਤਮਾ ਜੀ, ਦੀਨਾਂ ਉੱਤੇ ਨਿਮਾਣਿਆਂ ਉੱਤੇ ਦਇਆ ਕਰਨ ਵਾਲੇ। ਇੱਥੇ ਦੀਨ ਦਾ ਅਰਥ ਕੀ ਹੈ ਜੀ? ਧਰਮ। ਧਰਮ ਦਾ ਅਰਥ ਕੀ ਹੁੰਦਾ? ਆਪਣਾ ਫਰਜ਼। ਭਗਤ ਕਬੀਰ ਜੀ ਕਹਿੰਦੇ ਨੇ ਦੀਨ ਵਿਸਾਰਿਓ ਰੇ ਦੀਵਾਨੇ। ਦੀਵਾਨਾ ਕਹਿੰਦੇ ਨੇ ਪਾਗਲ ਨੂੰ, ਜਿਹੜਾ ਕਿਸੇ ਚੀਜ਼ ਦੇ ਪਿੱਛੇ ਹੱਥ ਧੋ ਕੇ ਪੈ ਗਿਆ। ਕਹਿੰਦੇ ਤੂੰ ਹੱਥ ਧੋ ਕੇ ਪੈ ਗਿਆ, ਕਹਿੰਦੇ ਪਿੱਛੇ ਧਰਮ ਨੂੰ ਵਿਸਾਰਨ ਵਾਲੇ ਪਿੱਛੇ, ਤੂੰ ਆਪਣਾ ਇਨਸਾਨੀ ਫਰਜ਼ ਭੁਲਾ ਦਿੱਤਾ। ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ, ਤੇ ਕੀਤਾ ਕੀ ਹੈ ਬਲਾ? ਪੇਟ ਭਰਿਓ ਪਸ਼ੂਆ ਜੋ ਸੋਇਓ, ਸਿਰਫ ਖਾਣਾ ਪੀਣਾ ਹੱਸਣਾ ਇਹੋ ਚੀਜ਼ਾਂ ਚੇਤੇ ਰਹਿ ਗਈਆਂ। ਵੈਸੇ ਮਨੁੱਖ ਨੂੰ ਚਾਰ ਚੀਜ਼ਾਂ ਬੜੀਆਂ ਯਾਦ ਨੇ ਜੀ, ਇਹ ਭੁੱਲਦੀਆਂ ਕਦੀ ਨਹੀਂ। ਖਾਣਾ ਪੀਣਾ, ਸਵੇਰੇ ਕੀ ਖਾਣਾ ਰਾਤ ਨੂੰ ਪਲੈਨ ਕਰਕੇ ਸੌਂਦਾ ਹੈ, ਪੀਣ ਵਾਲੇ ਵੀ ਪਲੈਨ ਕਰਕੇ ਕੀ ਪੀਣਾ ਹੈ, ਹੱਸਣ ਬਾਰੇ ਵੀ ਸੌਣ ਬਾਰੇ ਵੀ, ਇਹ ਸਭ ਪਲੈਨਾਂ ਨੇ। ਖਾਣਾ ਪੀਣਾ ਹੱਸਣਾ ਸੌਣਾ ਕਿਹੜੀ ਚੀਜ਼ ਭੁੱਲੀ ਹੈ? ਵਿਸਰ ਗਿਆ ਹੈ ਮਰਨਾ, ਇਹ ਚੇਤਾ ਹੁੰਦਾ ਵੀ ਮੈਂ ਮਰਨਾ ਵੀ ਹੈ। ਜਦੋਂ ਅਸੀਂ ਮੜੀਆਂ ਜਾਂਦੇ ਹਾਂ ਨਾ, ਸ਼ਮਸ਼ਾਨ ਘੁੰਮੀ ਜਾਂਦੇ ਹਾਂ ਜਿੱਥੇ ਬੰਦੇ ਦੀ ਚਿਖਾ ਬਣ ਰਹੀ ਹੁੰਦੀ ਹੈ, ਉੱਥੇ ਇੱਕ ਵਾਰ ਸਮਝੇ, ਉੱਥੇ ਪਤਾ ਗੱਲਾਂ ਕਰਦੇ ਸਾਰੇ ਇੱਥੇ ਆਉਣਾ, ਉਸ ਤੋਂ ਬਾਅਦ ਛੱਡ ਦਿੰਦੇ ਠੱਗੀਆਂ ਮਾਰਨੀਆਂ ਕਹਿ ਕੇ, ਫਿਰ ਉੱਥੇ ਆ ਜਾਂਦੀ ਹੈ ਗੱਲ ਸੂਈ, ਫਿਰ ਉੱਥੇ ਆ ਜਾਂਦੀ ਹੈ। ਉੱਥੇ ਬੰਦਾ 10 ਮਿੰਟ ਕਹਿੰਦਾ ਸਾਰੇ ਇੱਥੇ ਆਉਣਾ, ਬਈ ਸਾਰੇ ਆਪਾਂ ਇੱਥੇ ਹੀ ਆਉਣਾ, ਆਉਣਾ ਹੈਗਾ ਪਰ ਫਿਰ ਉੱਥੇ ਹੀ ਕੰਮ। ਵੈਸੇ ਪ੍ਰਾਣੀ ਤੇ ਚੜ੍ਹਾਈ ਕਰਨ ਵਕਤ ਜਿਹੜੀ ਬਾਣੀ ਪੜ੍ਹੀ ਜਾਂਦੀ, ਇਹਨਾਂ ਦਾ ਮਕਸਦ ਪਤਾ ਕੀ ਹੁੰਦਾ? ਵੀ ਬੰਦੇ ਤੂੰ ਅਕਲ ਲੈ ਲਾ, ਇਹ ਨਹੀਂ ਰਿਹਾ ਰਹਿਣਾ ਤੂੰ ਹੀ ਨਹੀਂ, ਅਸੀਂ ਪਤਾ ਕਰ ਰਹੇ ਹੁੰਦੇ ਕੀਤੇ ਹੋਏ ਪਾਠ ਨੂੰ ਮਗਰ ਪਹੁੰਚਾ ਰਹੇ ਹੁੰਦੇ ਵੀ ਉਹਨੂੰ ਉਹ ਸੁਧਰ ਜਾ, ਜਿਹੜਾ ਖਤਮ ਹੀ ਹੋ ਗਿਆ ਉਹਨੇ ਹੁਣ ਕੀ ਸੁਧਰਨਾ, ਸੁਧਰਨਾ ਤੇ ਆਪਾਂ ਹੈ। ਅਸੀਂ ਫਿਰ ਬਾਣੀ ਦੇ ਪਾਠ ਦਾ ਫਲ ਉਹਨੂੰ ਪਹੁੰਚਾ ਰਹੇ ਹੁੰਦੇ ਵੀ ਜਿੰਨੀ ਬਾਣੀ ਪੜ੍ਹੀ ਹੈ, ਜਿੰਨਾ ਪਾਠ ਕੀਤਾ ਹੈ। ਵੈਸੇ ਨੀਤੀ ਸੀ ਬ੍ਰਾਹਮਣ ਦੀ, ਧਿਆਨ ਦੇ ਕੇ ਸੁਣਿਓ,
ਬ੍ਰਾਹਮਣ ਦੀ ਨੀਤੀ ਸੀ ਕਹਿੰਦੇ ਉਹ ਬੰਦਾ ਚੜ੍ਹਾਈ ਕਰ ਜਾਏ ਨਾ ਚੜ੍ਹਾਈ ਕਰਨ ਤੋਂ 11 ਦਿਨ, ਜਿੱਦਾਂ ਅੱਜ ਬੰਦੇ ਦੀ ਡੈਥ ਹੋ ਗਈ ਹੈ ਤੇ 11 ਦਿਨ ਉਸ ਬੰਦੇ ਦੇ ਨਿਮਿੱਤ ਜਿੰਨਾ ਕੀਤਾ ਪਾਠ, ਜਿੰਨੀ ਕੀਤੀ ਪੂਜਾ, ਜਿੰਨਾ ਕੀਤਾ ਦਾਨ, ਜਿੰਨਾ ਕੀਤਾ ਪੁੰਨ, ਜੋ ਵੀ ਹੈ 11 ਦਿਨਾਂ ਚ ਉਹਨੂੰ ਸੁਧਾਰ ਦਿੰਦੀ ਹੈ ਉਹ 11 ਦਿਨ ਦੀ ਕੀਤੀ ਪੂਜਾ, ਤੇ 12ਵੇਂ ਦਿਨ ਫਿਰ ਉਹਦੀ ਆਤਮਾ ਸ਼ੁੱਧ ਹੋ ਕੇ ਉਹਨੂੰ ਸੱਚਖੰਡ ਮਿਲ ਜਾਂਦਾ, ਸਵਰਗ ਚ ਪਹੁੰਚ ਜਾਂਦਾ। 2 ਮਿੰਟ ਨੀ ਸੋਚੋ ਸਾਰੇ ਜਾਣੇ, ਜੇ ਭਲਾ ਦੁਨੀਆਂ ਦੇ ਅੰਦਰ ਹਰ ਬੰਦੇ ਨੂੰ ਇਹ ਪਤਾ ਲੱਗ ਜਾਏ ਵੀ ਮੈਨੂੰ ਜੀਂਦੇ ਜੀ ਠੱਗੀਆਂ ਬੇਈਮਾਨੀਆਂ ਛੱਡਣ ਦੀ ਲੋੜ ਨਹੀਂ, ਜਿੱਦਣ ਮੈਂ ਮਰਨਾ ਮੈਂ ਆਪਣੇ ਬੱਚੇ ਨੂੰ ਕਹਿਣਾ ਵੀ ਮੇਰੇ ਨਿਮਿੱਤ 11 ਦਿਨ ਤੂੰ ਏਦਾਂ ਕਰੀ, ਮੇਰੀ ਆਤਮਾ ਪਵਿੱਤਰ ਹੋ ਜਾਣੀ, ਮੈਨੂੰ ਸੱਚਖੰਡ ਵੈਕੁੰਠ ਵਾਸਾ ਮਿਲ ਜਾਣਾ। ਅੰਦਾਜ਼ਾ ਲਾਓ ਦੁਨੀਆਂ ਤੇ ਕੋਈ ਸੁਧਰ ਨੂੰ ਤਿਆਰ ਹੋਏਗਾ? ਕੋਈ ਬੰਦਾ ਜਿਉਂਦੇ ਜੀ ਆਪਣੀ ਆਦਤਾਂ ਵਿਚਾਰ ਠੱਗੀਆਂ ਬੇਈਮਾਨੀਆਂ ਛੱਡਣ ਨੂੰ ਤਿਆਰ ਹੋਏਗਾ? ਬਸ ਇਹੋ ਫਰਕ ਹੈ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਤੇ ਦੂਜਿਆਂ ਦੇ ਵਿੱਚ। ਉਹ ਕਹਿੰਦੇ ਸੀ ਮਰਨ ਤੋਂ ਬਾਅਦ ਮੁਕਤੀ, ਗੁਰੂ ਕਹਿੰਦਾ ਮੁਕਤੀ ਇੱਥੇ ਦੇਣੀ ਹੈ ਤੈਨੂੰ, ਇੱਥੇ ਮੂਏ ਹੋਏ ਜੋ ਮੁਕਤ ਦੇ ਹੋਗੇ ਤੇਰੀ ਮੁਕਤ ਨਾ ਜਾਣੈ ਕੋਈ ਲਾ। ਜੇ ਮਰਨ ਤੋਂ ਬਾਅਦ ਹੀ ਮੁਕਤੀ ਮਿਲਣੀ, ਉਸ ਮੁਕਤੀ ਨੂੰ ਤੇ ਵੇਖਣਾ ਹੀ ਕਿਸੇ ਨੇ ਨਹੀਂ, ਉਸ ਮੁਕਤੀ ਨੂੰ ਅਸੀਂ ਕਰਨਾ ਹੀ ਕੀ ਹੈ ਜੀ? ਜਦੋਂ ਬੰਦਾ ਡੁੱਬ ਰਿਹਾ ਹੋਵੇ ਉਹਨੂੰ ਕਿਸ਼ਤੀ ਚਾਹੀਦੀ ਹੈ, ਬੇੜੀ ਚਾਹੀਦੀ ਹੈ ਤਾਂ ਕਿ ਇਹਨੂੰ ਬਚਾਇਆ ਜਾ ਸਕੇ। ਲਾਸ਼ ਨੂੰ ਕਿਸ਼ਤੀ 'ਤੇ ਲੱਦਣ ਦੀ ਕੀ ਲੋੜ ਹੈ? ਉਹਨੂੰ ਤਾਂ ਫਿਰ ਪਾਣੀ ਸੁੱਟਣਾ, ਇਲਾਜ ਦੀ ਤਾਂ ਹੁਣ ਲੋੜ ਹੈ ਬੰਦੇ ਨੂੰ। ਮਹਾਨ ਸਤਿਗੁਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਦੇ ਪ੍ਰਕਾਸ਼ ਪੁਰਬ ਮਨਾ ਰਹੇ ਹੋ ਨਾ ਸਾਧ ਸੰਗਤ, ਥੋੜ੍ਹੀ ਜਿਹੀ ਸੋਤ ਕਟਾ ਕੇ ਬੈਠਣਾ ਤਾਂ ਗੱਲ ਸਮਝ ਪੈ ਜਾਏ। ਗੁਰਬਾਣੀ ਲਿਖੀ ਹੈ ਗੁਰੂਆਂ ਨੇ, ਆਪਣੇ ਹੱਥੀਂ ਤਰਤੀਬ ਦਿੱਤੀ ਹੈ, ਇਤਿਹਾਸ ਲਿਖਿਆ ਹੈ ਗੈਰਾਂ ਨੇ, ਜਿਹਨਾਂ ਵਿੱਚ 3 ਵਿਅਕਤੀ ਆਉਂਦੇ ਨੇ। ਪਹਿਲਾ ਆਉਂਦਾ ਸੀ ਬ੍ਰਾਹਮਣ, ਦੂਸਰਾ ਮੁਸਲਮਾਨ ਦੇ ਵਿੱਚ ਕਾਜੀ ਮੌਲਵੀ ਆਏ, ਤੀਸਰਾ ਸੀ ਅੰਗਰੇਜ਼। ਸਿੱਖਾਂ ਨੇ ਆਪਣੀ ਹਿਸਟਰੀ ਆਪ ਨੇ ਲਿਖੀ, ਹਿਸਟਰੀ ਨੂੰ ਜਨਮ ਦਿੱਤਾ, ਇਤਿਹਾਸ ਨੂੰ ਪੈਦਾ ਕੀਤਾ, ਪਰ ਇਤਿਹਾਸ ਲਿਖਣ ਦਾ ਸਿੱਖਾਂ ਕੋਲ ਮੌਕਾ ਨਹੀਂ ਸੀ। ਸੁਭਾਵਿਕ ਹੈ ਵੀ ਇਤਿਹਾਸ 3 ਬੰਦੇ ਲਿਖ ਰਹੇ ਨੇ ਸਾਡਾ, ਤੇ ਜਦੋਂ ਬੰਦਾ ਕੋਈ ਚੀਜ਼ ਨੂੰ ਲਿਖਤ ਵਿੱਚ ਲੈ ਕੇ ਆਉਂਦਾ ਤਾਂ ਜਿਹੜਾ ਉਹਦੇ 'ਤੇ ਪ੍ਰਭਾਵ ਹੁੰਦਾ ਹੈ ਉਹ ਲਿਖਤ ਨੂੰ ਉਹੋ ਜਿਹਾ ਰੰਗ ਦਿੰਦਾ ਹੈ। ਸੁਭਾਵਿਕ ਹੈ ਵੀ ਜਿੱਦਾਂ ਦਾ ਬੰਦੇ ਦਾ ਬ੍ਰੇਨ ਕੰਮ ਕਰੇਗਾ, ਜਿਹੜੀ ਚੀਜ਼ ਨੂੰ ਪ੍ਰਭਾਵਿਤ ਹੋ ਕੇ ਲਿਖ ਰਿਹਾ ਹੈ ਨਾ ਉਦਾਂ ਦੀ ਰੰਗਤ ਦੇਵੇਗਾ। ਤਾਂ ਹੀ ਸਾਡਾ ਇਤਿਹਾਸ ਅੱਜ ਇੱਕ ਸਾਰ ਨਹੀਂ ਹੈ, ਕਿਉਂਕਿ 3 ਬੰਦਿਆਂ ਲਿਖਿਆ। ਕਿਤੇ ਗੁਰੂ ਦੀ ਸ਼ਖਸੀਅਤ ਨੂੰ, ਮੈਂ ਹੁਣ 2-3 ਘਟਨਾਵਾਂ ਗੁਰੂ ਗੋਬਿੰਦ ਸਿੰਘ ਦੇ ਜੀਵਨ ਦੀਆਂ ਸਾਂਝੀਆਂ ਕਰਨ, ਜੇ ਸੁਰਤ ਵਿੱਚ ਸਵਾਲ ਪੈਦਾ ਹੋਵੇ ਨਾਲ ਲੈ ਕੇ ਨਾ ਜਾਇਓ, ਮੈਨੂੰ ਬੜੀ ਖੁਸ਼ੀ ਹੋਏਗੀ। ਜਾਂਦਿਆਂ ਮੈਨੂੰ ਪੁੱਛ ਲਿਓ ਜ਼ਰੂਰ, ਜਿੰਨੀ ਸਤਿਗੁਰ ਨੇ ਸਮਾਤ ਬਖਸ਼ਿਸ਼ ਕੀਤੀ ਹੈ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗਾ। ਕਿਉਂਕਿ ਜਿਹੜੀ ਸਾਡੇ ਸਾਹਮਣੇ ਅੱਜ ਇਤਿਹਾਸ ਪੇਸ਼ ਕੀਤਾ ਜਾ ਰਿਹਾ, ਇਤਿਹਾਸ ਗੈਰਾਂ ਨੇ ਲਿਖੇ, ਤੁਸੀਂ ਇਹਨੂੰ ਮੰਥਨ ਕਰਕੇ ਵੇਖਿਓ ਇੱਕ ਵਾਰ। ਲੰਬਾ ਸਮਾਂ ਢਾਡੀਆਂ ਨੇ, ਪ੍ਰਚਾਰਕਾਂ ਨੇ, ਰਾਗੀਆਂ ਨੇ, ਗ੍ਰੰਥੀਆਂ ਨੇ, ਧਾਰਮਿਕ ਸਟੇਜਾਂ ਤੇ ਗੁਰਦੁਆਰਿਆਂ ਵਿੱਚ ਇਤਿਹਾਸ ਲੰਬਾ ਸਮਾਂ ਸੁਣਾਇਆ ਗਿਆ। ਜਦੋਂ ਮੈਂ ਸਾਖੀ ਤੁਹਾਡੇ ਸਾਹਮਣੇ ਰੱਖਣੀ ਹੈ, ਤੁਸੀਂ ਮੰਨ ਵੀ ਜਾਣਾ ਵੀ ਇਹ ਸਾਖੀਆਂ ਅਸੀਂ ਸੁਣੀਆਂ। ਗੋਬਿੰਦ ਰਾਏ ਮਹਾਰਾਜ, ਮੈਂ ਤਾਂ ਗੋਬਿੰਦ ਰਾਏ ਲਫ਼ਜ਼ ਵਰਤ ਰਿਹਾ ਵੀ ਗੁਰੂ ਗੋਬਿੰਦ ਸਿੰਘ 9.5 ਸਾਲ ਦੀ ਆਗਮਨ ਚ ਬਣਦੇ ਨੇ, ਪਟਨਾ ਸਾਹਿਬ ਦੀ ਧਰਤੀ ਤੇ ਉਹਨਾਂ ਦਾ ਆਗਮਨ ਹੁੰਦਾ ਹੈ। ਜਿਹੜੀਆਂ ਸਾਖੀਆਂ ਪ੍ਰਚਲਿਤ ਨੇ ਸਾਡੇ ਵਿੱਚ ਵਾਰ ਵਾਰ ਸੁਣਾਈਆਂ ਗਈਆਂ ਉਹ ਸਾਖੀਆਂ ਇਹ ਨੇ ਵੀ ਕੁਝ ਲੜਕੀਆਂ ਪਟਨਾ ਸਾਹਿਬ ਦੀ ਧਰਤੀ ਤੇ ਖੂਹ ਤੋਂ ਪਾਣੀ ਭਰ ਕੇ ਲੈ ਕੇ ਆਉਂਦੀਆਂ। ਪੁਰਾਣਾ ਸਮਾਂ ਹੁੰਦਾ ਹੀ ਇੱਦਾਂ ਦੀ ਸੀ, ਪਾਣੀ ਘੱਟ ਹੁੰਦਾ ਸੀ, ਪਿੰਡਾਂ ਸ਼ਹਿਰਾਂ ਦੇ ਬਾਹਰ ਵਾਲ ਖੂਹ ਹੋਣੇ, ਉਹਨਾਂ ਖੂਹਾਂ ਤੋਂ ਪਿੰਡਾਂ ਦੀਆਂ ਨੋਹਾਂ ਨੇ, ਧੀਆਂ ਨੇ ਰਲ ਕੇ ਪਾਣੀ ਲੈ ਕੇ ਆਉਣਾ ਤਾਂ ਕਿ ਘਰ ਦੀਆਂ ਲੋੜਾਂ ਪੂਰੀਆਂ ਹੋ ਸਕੇ। ਕੁਝ ਪਿੰਡ ਦੀਆਂ ਨੋਹਾਂ ਧੀਆਂ ਲੜਕੀਆਂ ਨੇ ਪਾਣੀ ਭਰ ਕੇ ਜਦੋਂ ਲੈ ਕੇ ਆਉਣਾ
ਤੇ ਗੋਬਿੰਦ ਰਾਏ ਜੀ ਗਲੇਲ ਦੇ ਨਾਲ ਉਹਨਾਂ ਘੜਿਆਂ ਨੂੰ ਸੁਣਿਆ ਹੈ ਨਾ, ਕਿਉਂ ਭੈਣੋ ਕਿਉਂ ਗੁਰਸਿੱਖ ਵੀਰੋ ਸੁਣਿਆ ਨਾ ਸਾਖੀਆਂ ਹੈ, ਹੁਣ ਇਹਨੂੰ ਗਿੜ ਕੇ ਵੇਖਿਓ, ਮੰਥਨ ਕਰਕੇ ਵੇਖਿਓ, ਸਿਰਫ ਤੁਹਾਡਾ ਧਿਆਨ ਦਵਾਉਣਾ ਹੈ। ਗੋਬਿੰਦ ਰਾਏ ਜੀ ਗਲੇਲਾਂ ਦੇ ਨਾਲ ਉਹ ਘੜੇ ਤੋੜ ਦਿੰਦੇ ਨੇ, ਉਹ ਲੜਕੀਆਂ ਆ ਕੇ ਮਾਤਾ ਗੁਜਰ ਕੌਰ ਕੋਲ ਸ਼ਿਕਾਇਤ ਲਾਉਂਦੀਆਂ ਨੇ, ਮਾਤਾ ਜੀ ਤੁਹਾਡੇ ਸਪੁੱਤਰ ਨੇ ਸਾਡੇ ਘੜੇ ਤੋੜ ਦਿੱਤੇ ਨੇ। ਤੇ ਮਾਤਾ ਜੀ ਕੀ ਕਰਦੇ ਨੇ, ਕੁੜੀਆਂ ਨੂੰ ਲੜਕੀਆਂ ਨੂੰ ਗਾਗਰਾ ਲੈ ਦਿੰਦੀਆਂ ਨੇ ਵੀ ਗਾਗਰਾ ਲੈ ਲਓ ਤੁਸੀਂ। ਇਤਿਹਾਸ ਮੁਤਾਬਕ ਵੀ ਪੁੱਤਰ ਨੂੰ ਨਹੀਂ ਸਮਝਾਇਆ। ਹੁਣ ਇਹ ਦੇਖਿਓ ਸਾਖੀ ਕਿੰਨੀ ਕੁ ਸਹੀ ਹੈ, ਭਲਾ ਸਾਡੇ ਗੁਰੂ ਦੇ ਜੀਵਨ ਨਾਲ ਮੇਲ ਖਾਂਦੀ ਹੈ। ਗਾਗਰਾ ਲੈ ਦਿੱਤੀਆਂ ਗੋਬਿੰਦ ਰਾਏ ਜੀ ਉਹਨਾਂ ਲੜਕੀਆਂ ਨੂੰ, ਤੇ ਹੁਣ ਇੱਧਰ ਗੋਬਿੰਦ ਰਾਏ ਜੀ ਤੀਰ ਦੇ ਨਾਲ ਗਾਗਰਾ ਨੂੰ ਭੰਨਣ ਲੱਗ ਪਏ। ਹੁਣ ਅੰਦਾਜ਼ਾ ਲਾਓ ਇਹਦਾ ਅਰਥ ਕੀ ਕੱਢੋਗੇ ਤੁਸੀਂ, ਵੀ ਲੜਕੀ ਸਿਰ ਤੇ ਪਾਣੀ ਲੈ ਕੇ ਆ ਰਹੀ ਹੋਵੇ, ਉਹਦੇ ਸਿਰ ਦੇ ਉੱਤੇ ਚੁੱਕਿਆ ਹੋਇਆ ਘੜਾ ਗਾਗਰ ਨੂੰ ਪਾਣੀ ਨਾਲ ਤੀਰ ਨਾਲ ਵਿਰ ਦਿੱਤਾ ਜਾਏ ਤੇ ਪਾਣੀ ਉਸ ਲੜਕੀ ਦੇ ਉੱਤੇ ਪਵੇਗਾ, ਇਹਨੂੰ ਤੁਸੀਂ ਕਹੋਗੇ ਕੀ ਭਲਾ? ਤੁਸੀਂ ਧੀਆਂ ਵਾਲੇ ਬੈਠੇ ਹੋ, ਪਰਿਵਾਰਾਂ ਵਾਲੇ ਟੱਬਰਾਂ ਵਾਲੇ ਬੈਠੇ, ਇਹਦੇ ਅਰਥ ਕੀ ਕੱਢੋਗੇ ਭਲਾ ਜੀ ਤੁਸੀਂ? ਕਦੀ ਕਿਸੇ ਨੇ ਪੁੱਛਣ ਦੀ ਜ਼ਰੂਰਤ ਕੀਤੀ ਵੀ ਇਹ ਉਸ ਸ਼ਖਸੀਅਤ ਨਾਲ ਮੇਲ ਖਾਂਦੀ, ਭਲਾ ਇੱਦਾਂ ਦੇ ਕੁੱਕ ਕਰਦੇ ਰਹੇ ਹੋਣਗੇ ਜਿਹੜੇ 9.5 ਸਾਲ ਇੱਥੇ 30 ਸਾਲ ਦੀ ਉਮਰ ਦੇ ਵਿੱਚ ਬਾਪ ਚੜਾਈ ਕਰ ਜਾ ਤੇ ਬੱਚਾ ਕਮਲਾ ਹੋ ਜਾਂਦਾ, ਘਰ ਦੀਆਂ ਜ਼ਿੰਮੇਵਾਰੀਆਂ ਨਹੀਂ ਚੁੱਕੀਆਂ ਜਾਂਦੀਆਂ। ਏਡੀ ਵੱਡੀ ਕੌਮ ਦੀ ਜ਼ਿੰਮੇਵਾਰੀ ਹੋਵੇ 9.5 ਸਾਲ ਦੀ ਆਦਮੀ ਜਿਹਨਾਂ ਨੇ ਪਿਤਾ ਦੀ ਸ਼ਹਾਦਤ ਤੋਂ ਬਾਅਦ ਕੌਮ ਦਾ ਸਮਾਜ ਦਾ ਦੁਨੀਆਂ ਦਾ ਭਾਰ ਚੁੱਕਿਆ ਹੋਵੇ, ਕੀ ਭਲਾ ਬਚਪਨ 'ਚ ਇੱਦਾਂ ਦੀਆਂ ਕੁੱਤਕ ਕਰਦੇ ਰਹੇ ਹੋਣਗੇ? ਦੋਵੇਂ ਦੀ ਸੋਚ ਕੇ ਵੇਖੋ ਜੀ। ਫਿਰ ਵੇਖੋ ਉਹਨਾਂ ਨੂੰ ਗਾਗਰਾਂ ਲੈ ਦਿੰਦੀਆਂ, ਪੁੱਤਰ ਨੂੰ ਵੀ ਸਮਝਾਇਆ, ਅਖੀਰ ਮਾਤਾ ਜਦੋਂ ਫਿਰ ਵੀ ਨਾ ਹਟੇ ਕਹਿਣ ਲੱਗੇ, ਮਾਤਾ ਗੁਜਰ ਕੌਰ ਜੀ ਨੇ ਜਾ ਕੇ ਖੂਹ ਨੂੰ ਸਰਾਪ ਦੇ ਦਿੱਤਾ, ਖੂਹ ਦਾ ਪਾਣੀ ਖਾਰਾ ਕਰ ਦਿੱਤਾ। ਚੰਗਾ ਕੰਮ ਕੀਤਾ, ਕਿਉਂ ਭੈਣੋ ਇਤਿਹਾਸ ਸੁਣਦੇ ਆਪਾਂ, ਚੰਗਾ ਕੰਮ ਕੀਤਾ ਵੀ ਖੂਹ ਦੇ ਪਾਣੀ ਤੋਂ ਤਾਂ ਸਾਰੇ ਸ਼ਹਿਰ ਦੀਆਂ ਲੋੜਾਂ ਪੂਰੀਆਂ ਹੁੰਦੀਆਂ। ਤੇ ਜੇ ਇਹ ਸਾਖੀ ਨੂੰ ਕੋਈ ਢਾਡੀ ਪ੍ਰਚਾਰਕ ਕਮਿਸ਼ਨ ਸੁਣਾਏ ਤੇ ਤੁਹਾਡਾ ਪੁੱਤ ਕੋਈ ਏਦਾਂ ਦੀ ਘਟਨਾ ਕਰੇ, ਤੁਸੀਂ ਪੁੱਤਰ ਨੂੰ ਸਮਝਾਓਗੇ ਕਿ ਧੀ ਦਾ ਕੋਈ ਹੱਲ ਕਰੋਗੇ? ਧੀ ਨੂੰ ਕਹੋਗੇ ਵੀ ਤੈਨੂੰ ਗਾਗਰਾਂ ਲੈ ਦਿੰਦੇ, ਤੈਨੂੰ ਤੂੰ ਆਪਣਾ ਪ੍ਰਬੰਧ ਕਰ ਲੈ ਕੋਈ ਪੁੱਤਰ ਨੂੰ? ਹੁਣ ਕੱਲ ਨੂੰ ਇਹ ਸਾਖੀ ਸੁਣ ਕੇ ਬੱਚਾ ਜਦੋਂ ਬਾਹਰ ਜਾਏਗਾ ਕਹੇਗਾ, ਮਾਂ ਉੱਥੇ ਹੁਣੇ ਤੇ ਢਾਡੀਆਂ ਕੋਲੋਂ, ਹੁਣੇ ਤੇ ਪ੍ਰਚਾਰਕਾਂ ਕੋਲੋਂ, ਹੁਣੇ ਤਾਂ ਆਪਾਂ ਸੁਣ ਕੇ ਆਏ, ਸਾਨੂੰ ਆਹ ਇਤਿਹਾਸ ਸੁਣਾਇਆ ਜਾ ਰਿਹਾ। ਤੁਸੀਂ ਮੰਨੋ ਜਾਂ ਨਾ ਮੰਨੋ, ਮੇਰਾ ਤੇ ਹਿਰਦਾ ਨਹੀਂ ਮੰਨਦਾ। ਵੀ ਮੈਂ ਤੇ ਕੋਈ ਉਦਾਹਰਨ ਦਿੰਦਾ, ਉਹਨਾਂ ਪਿੰਡ ਵਿੱਚ ਕੋਈ ਦਾਦੇ ਬਾਰੇ ਵੀ ਏਦਾਂ ਦੀ ਗੱਲ ਕਰਨਾ ਵੀ ਤੇਰਾ ਦਾਦਾ ਏਦਾਂ ਦੇ ਕੰਮ ਕਰਦਾ ਰਿਹਾ, ਤੇਰਾ ਬਾਪ ਏਦਾਂ ਦੇ ਕੰਮ ਕਰਦਾ ਰਿਹਾ, ਤੇ ਮਨੁੱਖ ਆਪਣੇ ਬਾਪ ਆਪਣੇ ਦਾਦੇ ਬਾਰੇ ਵੀ ਸੁਣਨ ਨੂੰ ਤਿਆਰ ਨਹੀਂ। ਕਹੀ ਜਾਂਦਾ ਕਲਗੀਧਰ ਪਾਤਸ਼ਾਹ ਬੜੀ ਮਹਾਨ ਸ਼ਖਸੀਅਤ ਸੀ, ਸ਼ਰਿਆਮ ਗੁਰੂ ਦੀ ਗੋਦ ਵਿੱਚ ਆਪਣੇ ਗੁਰੂ ਬਾਰੇ ਅਪਮਾਨਕ ਸਾਖੀਆਂ ਸੁਣੀ ਜਾ ਰਿਹਾ ਤੇ ਕੱਢ ਕੱਢ ਕੇ ਜੇਬਾਂ 'ਚੋਂ ਪੈਸੇ ਵੀ ਦੇਈ ਜਾ ਰਹੇ। ਇਸ ਤੋਂ ਵੱਡੀ ਗਿਰਾਵਟ ਵਾਲੀ ਸਾਡੇ ਵਾਸਤੇ ਕਿਹੜੀ ਗੱਲ ਹੋਏਗੀ ਜੀ? ਸੋਚ ਕੇ ਵੇਖੋ ਸਾਧ ਸੰਗਤ, ਜਦੋਂ ਮੈਂ ਬੰਗਲਾ ਸਾਹਿਬ ਨੂੰ ਇਹ ਸਾਖੀ ਸੁਣਾਈ ਤੇ ਮੇਰੇ ਕੋਲ ਇੱਕ ਮਾਂ ਆਈ, ਕਹਿੰਦੀ ਮੈਂ ਤੇ ਆਪਣੇ ਪੁੱਤਰ ਨੂੰ ਇਹ ਸਾਖੀ ਸੁਣਾਈ ਹੈ। ਤੇ ਮੈਂ ਕਿਹਾ ਜੇ ਕੱਲ੍ਹ ਨੂੰ ਤੁਹਾਡਾ ਪੁੱਤਰ ਏਦਾਂ ਦੀ ਘਟਨਾ ਕਰੇ ਤੇ ਫਿਰ ਪੁੱਤਰ ਤੇ ਕਹੇਗਾ ਜੀ ਬਚਪਨ 'ਚ ਗੋਬਿੰਦ ਰਾਏ ਜੀ ਵੇਖੋ ਸਾਨੂੰ ਕਾਣਾ ਕਰ ਦਿੱਤਾ। ਉਹਨੇ ਆਖਿਆ ਤੁਸੀਂ ਭੱਜੋ ਕਿਵੇਂ, ਜੇ ਕ੍ਰਿਸ਼ਨ ਗਰੋਪੀਆਂ ਨਾਲ ਕਲੋਲਾ ਕਰਦਾ ਰਿਹਾ ਤੁਹਾਡੇ ਗੋਬਿੰਦ ਰਾਏ ਨੂੰ ਵੀ ਏਦਾਂ ਦੇ ਕੰਮ ਕਰਦੇ ਵਿਖਾਵਾਂਗੇ ਤੁਸੀਂ ਸਾਡੇ ਬਰਾਬਰ ਆਣ ਕੇ ਬਹੋਗੇ ਨਾ? ਕਿਵੇਂ ਨਾਰਾ ਮਾਰੋਗੇ ਅਸੀਂ ਨਿਆਰੇ ਹਾਂ? ਕਿਵੇਂ ਕਹੋਗੇ ਅਸੀਂ ਵੱਖਰੇ ਹਾਂ ਜੀ? ਕਿਵੇਂ ਕਹੋਗੇ ਜਬਲਾ ਖਾਲਸਾ ਰਹੇ ਨਿਆਰਾ ਤਬਲਾ ਤੇਗ ਦਿਓ ਮੈਂ ਸਾਰਾ ਜਾਵੇ ਗਹਿ ਵਿਪਰਣ ਕੀ ਰੀਤ ਮੈਂ ਨਾ ਕਰੋ। ਤੁਹਾਨੂੰ ਲਿਆ ਕੇ ਉੱਥੇ ਖੜਾ ਕਰਦਾ, ਚੌਂਕ ਖੜਾ ਕਰਦਾ, ਤੁਹਾਡਾ ਇਤਿਹਾਸ ਏਦਾਂ ਦਾ ਬਣਾ ਕੇ ਪੇਸ਼ ਕਰਦਾ ਵੀ ਤੁਸੀਂ ਛਾਤੀ ਤੇ ਹੱਥ ਮਾਰ ਕੇ ਨਾ ਕਹਿ ਸਕੋ ਵੀ ਮੇਰੇ ਗੁਰੂ ਦਾ ਇਤਿਹਾਸ ਹੈ। ਹੁਣ ਸੋਚੋ ਵੀ ਗੋਬਿੰਦ ਰਾਏ ਮਹਾਰਾਜ ਏਦਾਂ ਦੇ ਕੰਮ ਕਰਦੇ ਰਹਿਣਗੇ,
ਉਹਨਾਂ ਨੂੰ ਇੰਝ ਨਹੀਂ ਪੇਸ਼ ਕੀਤਾ ਵੀ ਹੱਦ ਹੋ ਗਈ 9.5 ਸਾਲ ਦੀ ਆਰਜੂ ਵਿੱਚ, ਭਾਗਾਂ ਵਾਲਿਓ ਬਾਹਰੋਂ ਧਿਆਨ, 30 ਸਾਲ ਦੀ ਆਰਜੂ ਹੋਵੇ ਨਾ ਬੇਟੇ ਦੀ ਅਤੇ ਬਾਪ ਦੀ ਡੈਥ ਹੋ ਜਾਏ ਤਾਂ ਪਤਾ ਲੋਕ ਕੀ ਕਹਿੰਦੇ ਨੇ, ਰਿਸ਼ਤੇਦਾਰ ਸਾਕ ਸੰਬੰਧੀ, ਲੈ ਹੁਣ ਤਾਂ ਸੁੱਖ ਵੇਖਣ ਦਾ ਸਮਾਂ ਸੀ, ਹੁਣ ਪੁੱਤਰ ਦਾ ਜੇ ਆਨੰਦ ਕਾਰਜ ਕਰਨ ਕਰਾਉਣ ਦਾ ਵਕਤ ਸੀ, ਹੁਣੇ ਤਾਂ ਪੁੱਤਰ ਪੁੱਤਰਿਆਂ 'ਤੇ ਖੇਡਣਾ ਸੀ। ਕਿੰਨੀ ਆਰਜੂ ਹੈ ਗੋਬਿੰਦ ਰਾਏ ਜੀ ਦੀ? 9.5 ਸਾਲ, 9.5 ਸਾਲ, 20-25 ਸਾਲ ਦੀ ਉਮਰ 'ਚ ਬਾਪ ਚੜ੍ਹਾਈ ਕਰਦੇ ਨਾ, ਅਤੇ ਇਹ ਨਹੀਂ ਪਤਾ ਹੁੰਦਾ ਕਿਹੜੀ ਦੁਕਾਨ ਤੋਂ ਸਾਡਾ ਘਰ ਦਾ ਗਰੋਸਰੀ ਦਾ ਸਮਾਨ ਆਉਂਦਾ ਹੈ, ਖੰਡ ਕਿੱਥੋਂ ਆਉਂਦੀ ਹੈ, ਸਿਲੰਡਰ ਕਿੱਦਾਂ ਭਰਾਈਦਾ ਹੈ, ਕਈਆਂ ਬੱਚਿਆਂ ਦੇ ਸਿਗਤੇ ਰਹਿੰਦੀ ਹੈ, ਸਿਰ 'ਤੇ ਪੈਂਦੀ ਨਹੀਂ ਮਾਪਿਆਂ ਦੇ ਹੁੰਦੇ ਆ, ਅਤੇ ਜਦੋਂ ਬਾਪ ਚੜ੍ਹਾਈ ਕਰਦਾ ਨਾ ਫਿਰ ਪਤਾ ਲੱਗਦਾ ਕਮਰਾ ਹੋ ਜਾਂਦਾ ਉਹ ਟੱਬਰ, ਵੀ ਕਿਹਦੇ ਕੋਲ ਲੈਣੇ, ਕਿਹਨੂੰ ਦੇਣੇ ਨੇ, ਪਤਾ ਹੀ ਕੱਖ ਨਹੀਂ, ਕਿੱਥੇ ਕਿੱਥੇ ਸਾਡੇ ਪੈਸੇ ਪਏ, ਰਿਸ਼ਤੇਦਾਰਾਂ ਨਾਲ ਕਿਵੇਂ ਵਰਤਣਾ ਹੈ, ਅੰਦਾਜ਼ਾ ਲਾਓ ਕਿੰਨੇ ਸਿਆਣੇ ਹੋਣਗੇ ਗੋਬਿੰਦ ਰਾਏ ਜੀ, ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਪਣੇ ਜਿਉਂਦੇ ਜੀ ਸਰੀਰਕ ਤੌਰ 'ਤੇ ਗੁਰਿਆਈ ਦੇ ਰਹੇ ਨੇ। ਅਤੇ ਕਮਾਲ ਦੀ ਗੱਲ, ਸਾਧ ਸੰਗਤ, 1666 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੁੰਦਾ ਅਤੇ 8 ਵਿੱਚ ਜੋਤੀ ਜੋਤ ਸਮਾਉਂਦੇ ਨੇ, 43 ਤੋਂ ਲੈ ਕੇ 43-44 ਸਾਲ ਦੀ ਆਰਜੂ ਹੈ। ਤੁਹਾਡੇ ਵਿੱਚੋਂ ਕਈ 45 ਸਾਲ ਦੇ, ਕਈ 46 ਸਾਲ ਦੇ, ਕਈ 50 ਸਾਲ ਦੇ ਬੈਠੇ ਹੁੰਦੇ ਨੇ, ਤੁਲਨਾ ਕਰ ਲਓ ਕਿ 44 ਸਾਲ ਵਿੱਚ ਉਹਨਾਂ ਨੇ ਕਿੰਨੇ ਕੰਮ ਕੀਤੇ, 5 ਕਿਲ੍ਹਿਆਂ ਦੀ ਉਸਾਰੀ ਕੀਤੀ, 14 ਜੰਗਾਂ ਲੜੀਆਂ, 4 ਸਾਹਿਬਜ਼ਾਦੇ ਜਿਹੜੇ ਉਹਨਾਂ ਦੇ ਹੋਣਹਾਰ ਜਿਹਨਾਂ ਦੀ ਮਿਸਾਲ ਹੀ ਦੁਨੀਆਂ 'ਤੇ ਕੋਈ ਨਹੀਂ ਮਿਲਦੀ, ਅਤੇ 14 ਚੋਂ 1 ਵੀ ਜੰਗ ਪਾਤਸ਼ਾਹ ਹਾਰਦੇ ਨਹੀਂ, 1 ਵੀ ਜੰਗ ਹਾਰਦੇ ਨਹੀਂ, 1 ਵੀ ਜੰਗ ਵਿੱਚ ਪਿੱਠ ਨਹੀਂ ਵਿਖਾਈ ਜਾਂਦੀ। ਅਤੇ ਕਮਾਲ ਦੀ ਗੱਲ, ਜਿਹੜੇ ਚੜ੍ਹ ਕੇ ਆ ਰਹੇ ਉਹਨਾਂ ਦੀਆਂ ਫੌਜਾਂ ਨੂੰ ਟ੍ਰੇਨਿੰਗ ਹੈ, ਇੱਧਰ ਪਾਤਸ਼ਾਹ ਦੇ ਕੋਲ ਟ੍ਰੇਨਿੰਗ ਕਰਨ ਵਾਸਤੇ ਜੰਗਲਾਂ ਤੋਂ ਸਵਾਈ ਹੋਰ ਹੈ ਵੀ ਕੁਝ ਨਹੀਂ। ਅਤੇ ਜਦੋਂ ਕਵੀਆਂ ਦੇ ਅਸੀਂ ਬੋਲ ਪੜ੍ਹਦੇ ਹਾਂ ਨਾ, ਐਵੇਂ ਨਹੀਂ ਅੱਲਾ ਯਾਰ ਖਾਂ ਜੋਗੀ ਨੇ ਸਿੱਖ ਤਾਂ ਕਹਿ ਹੀ ਨਹੀਂ ਪਾਏ, ਮਾਫ ਕਰਨਾ ਗੁੱਸਾ ਨਾ ਮਨਾਇਓ, ਅਸੀਂ ਤਾਂ ਸਵਾਰਥੀ ਲੋਕ ਹਾਂ, ਅਸੀਂ ਤਾਂ ਲੀਡਰਾਂ ਦੀਆਂ ਝੋਲੀਆਂ ਚੁੱਕਣ ਤੋਂ ਫੁਰਸਤ ਮਿਲੇਗੀ ਤੇ ਗੁਰੂ ਗੋਬਿੰਦ ਸਿੰਘ ਤੇਰੀ ਤਾਰੀਫ ਕਰਾਂਗੇ, ਇਹ ਅੱਲਾ ਯਾਰ ਖਾਂ ਜੋਗੀ ਵਰਗਾ ਮਰਦ ਗਮੜਾ ਹੀ ਕਰ ਸਕਦਾ ਰਿਹਾ, ਕਰਤਾਰ ਕੀ ਸੰਬੰਧ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਤਾਰੀਫ ਗੁਰੂ ਗੋਬਿੰਦ ਸਿੰਘ ਕੀ ਉਹ ਕੰਮ ਹੈ। ਉਹਨੇ ਆਖਿਆ ਮੈਂ ਜਿੰਨੀ ਵੀ ਗੁਰੂ ਹੱਦ ਹੋ ਗਈ, ਜਦੋਂ ਅੱਲਾ ਯਾਰ ਖਾਂ ਜੋਗੀ ਇਹ 17 ਲਿਖਦਾ ਹੈ ਤੇ ਉਹਨੂੰ ਇਹ ਵੀ ਕਿਹਾ ਜਾਂਦਾ ਉਹ ਮੁਸਲਮਾਨ ਹੋ ਕੇ ਕਾਫਰਾ, ਸਿੱਖਾਂ ਦੇ ਗੁਰੂ ਗੁਰੂ ਗੋਬਿੰਦ ਸਿੰਘ ਦੀ ਤਾਰੀਫ ਕਰਦਾ, ਜੋ ਲਿਖਿਆ ਇਹਨੂੰ ਸਾੜ ਦੇ ਅੱਗ ਵਿੱਚ, ਤੈਨੂੰ ਮੁਹੰਮਦ ਸਾਹਿਬ ਨੇ ਆਪਣੇ ਚਰਨਾਂ 'ਚ ਥਾਂ ਨਹੀਂ ਦੇਣਾ, ਨਹੀਂ ਤੇ ਤੈਨੂੰ ਬਿਸ਼ਤ ਵਿੱਚ ਜਗ੍ਹਾ ਨਹੀਂ ਮਿਲੇਗੀ, ਦੋਜਖ ਵਿੱਚ ਸੜੇਗਾ। ਜਵਾਬ ਬੜਾ ਪਿਆਰਾ ਦਿੱਤਾ, ਉਹਨੇ ਆਖਿਆ ਜੋ ਮੈਂ ਲਿਖਿਆ ਹੈ ਤੁਸੀਂ ਦੱਸੋ ਇਹ ਝੂਠ ਹੈ ਕਿ ਸੱਚ ਹੈ, ਕਹਿੰਦੇ ਹੈ ਤੇ ਸੱਚ, ਕਹਿੰਦੇ ਫਿਰ ਸੱਚ ਹੈ ਨਾ, ਮੈਨੂੰ ਹਜ਼ਰਤ ਸਾਹਿਬ ਦੇ ਚਰਨਾਂ 'ਚ ਥਾਂ ਚਾਹੀਦੀ ਵੀ ਨਹੀਂ, ਜੋ ਲਿਖਿਆ ਉਹਦੇ ਬਦੌਲਤ ਮੈਨੂੰ ਗੁਰੂ ਗੋਬਿੰਦ ਸਿੰਘ ਆਪਣੇ ਹਿਰਦੇ 'ਚ ਥਾਂ ਦੇਣ ਨੂੰ ਤਿਆਰ ਹੈ। ਸਿੱਖ ਨੂੰ ਭਰੋਸਾ ਆਇਆ ਇਹਦੇ ਸਮੇਂ, ਸਿੱਖ ਤਾਂ ਉਸ ਗ੍ਰੰਥ ਨੂੰ ਨਮਸਕਾਰ ਕਰਕੇ ਜਾਂਦੇ ਆ, ਫਿਰ ਵੀਰਵਾਰ ਕਿਸੇ ਮੱਟੀ, ਸਾਡਾ ਅਸੀਂ ਗੁਰਦੁਆਰੇ ਨਮਸਕਾਰ ਕਰਕੇ ਜਾਂਦੇ ਹਾਂ ਜੀ, ਅਰਦਾਸ ਵਿੱਚ ਭਾਈ ਸਾਹਿਬ ਇੱਕ ਬੋਲ ਬੋਲਦੇ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਮ ਦਾਨ, ਵਿਵੇਕ ਦਾਨ, ਵਿਸਾਹ ਦਾਨ, ਅੱਗੇ ਕੀ ਹੈ ਜੀ, ਅਸੀਂ ਕੜਾਹ ਪ੍ਰਸ਼ਾਦ ਦੀ ਦੇਗ ਤਾਂ ਘਰ ਲੈ ਜਾਂਦੇ ਟੱਬਰ ਵਾਸਤੇ, ਬੱਚਿਆਂ ਵਾਸਤੇ, ਭਰੋਸਾ ਨਹੀਂ ਘਰ ਖੜਦੇ ਅਸੀਂ, ਭਰੋਸਾ ਤੇ ਰਾਹ ਹੀ ਡੁੱਲ ਜਾਂਦਾ, ਗੁਰਦੁਆਰੇ ਤੇ ਸਾਡੇ ਘਰ ਦੇ ਦਰਮਿਆਨ ਇੱਕ ਪੀਰਖਾਨੇ ਦੀ ਕਿਸੇ ਮੁਸਲਮਾਨ ਦੀ ਕਬਰ ਆ ਜਾਏ ਨਾ, ਸਾਡਾ ਤੇ ਭਰੋਸਾ ਉੱਥੇ ਡੁੱਲ ਜਾਂਦਾ, ਦੇਖ ਘਰ ਲੈ ਗਏ ਭਰੋਸਾ ਨਾ ਚਾਰ ਕਦਮ ਸਾਡੇ ਨਾਲ ਤੁਰ ਸਕਿਆ, ਸਾਡੇ ਨਾਲ ਅੱਲਾ ਯਾਰ ਖਾਂ ਜੋਗੀ ਚੰਗਾ ਨਾ ਹੋਇਆ, ਉਹਨੇ ਅੰਦਰੋਂ ਨਿਕਲੀ, ਉਹਨੇ ਆਖਿਆ ਦੁਨੀਆਂ ਤੇ ਤੀਰਥ ਸਥਾਨ ਬੜੇ ਹੈਗੇ ਨੇ,
ਪਰ ਜੇ ਵਾਕਿਆ ਕੋ ਸਤਿਕਾਰਯੋਗ ਪੂਜਣਯੋਗ ਤੀਰਥ ਸਥਾਨ ਹੈ ਤੇ ਆਓ ਦੁਨੀਆਂ ਦੇ ਲੋਕ ਏਕ ਹਿੰਦ ਮੈਂ ਤੀਰਥ ਹੈ ਯਾਤਰਾ ਕੇ ਲਈ ਜਹਾਂ ਬਾਪ ਨੇ ਬੱਚੇ ਕਟਾਏ ਖੁਰਾ ਕੇ ਲਈ ਇੱਥੇ ਲੋਕ ਬੱਚਿਆਂ ਤੋਂ ਜੈ ਦਾਦਾ ਵਾਰ ਦਿੰਦੇ ਨੇ ਇੱਥੇ ਲੋਕ ਆਪਣੇ ਬੱਚਿਆਂ ਤੋਂ ਸਭ ਕੁਝ ਵਾਰ ਦਿੰਦੇ ਨੇ ਪਰ ਕਿੱਡੀ ਮਹਾਨ ਸ਼ਖਸੀਅਤ ਹੈ ਗੁਰੂ ਗੋਬਿੰਦ ਸਿੰਘ ਉਹਨੇ ਬੱਚੇ ਤੁਹਾਡੇ ਤੋਂ ਵਾਰ ਦਿੱਤੇ ਅੱਜ ਅਜੋਕੇ ਸਮੇਂ ਅੰਦਰ ਕਿਸੇ ਸਿੱਖ ਦੇ ਬੱਚੇ ਦੀ ਬਰਾਤ ਹੋਵੇ ਨਾ ਤੇ ਉੱਥੇ ਕਿਤੇ ਸਾਡੇ ਵਰਗਾ ਪ੍ਰਚਾਰਕ ਕੋਈ ਸਾਹਿਬਜ਼ਾਦਿਆਂ ਦੀ ਕਥਾ ਸ਼ੁਰੂ ਕਰ ਦੇਵੇ ਤੇ ਉਸ ਚੇਤਾ ਕਰਾਉਂਦੇ ਨੇ ਮਗਰੋਂ ਆਣ ਕੇ ਵੀ ਸ਼ਾਇਦ ਪ੍ਰਚਾਰਕ ਨੂੰ ਚੇਤਾ ਭੁੱਲ ਗਿਆ ਕਹਿੰਦੇ ਗਿਆਨੀ ਜੀ ਤੁਸੀਂ ਗੁਰਪੁਰਬ ਤੇ ਨਹੀਂ ਆਏ ਸਾਡੇ ਬੱਚੇ ਦਾ ਆਨੰਦ ਕਾਰਜ ਹੈ ਅੱਜ ਵੀ ਆਹ ਮਰਨ ਮਰਾਉਣ ਵਾਲੀਆਂ ਗੱਲਾਂ ਕਰੀ ਜਾਂਦੇ ਤੁਸੀਂ ਉਦੋਂ ਫਿਰ ਨਾ ਸ਼ਰਮ ਆਉਂਦੀ ਉਹਨਾਂ ਦੇ ਚਿਹਰਿਆਂ ਵੱਲ ਵੇਖ ਕੇ ਬੀਬੀਆਂ ਦਾੜੀਆਂ ਵੱਲ ਵੇਖ ਕੇ ਵੀ ਹੱਦ ਹੋ ਗਈ ਜਿਹੜੇ ਗੁਰੂ ਨੇ ਤੁਹਾਡੇ ਬੱਚਿਆਂ ਬਦਲੇ ਆਪਣੇ ਸਾਹਿਬਜ਼ਾਦਿਆਂ ਦਾ ਆਨੰਦ ਕਾਰਜ ਵੀ ਨਾ ਕਰਾਇਆ ਉਹ ਤੁਸੀਂ ਆਪਣੇ ਆਨੰਦ ਕਾਰਜਾਂ ਤੇ ਉਹਨਾਂ ਦਾ ਨਾਂ ਲੈਣ ਨੂੰ ਵੀ ਤਿਆਰ ਨਹੀਂ ਤੁਹਾਡੇ ਵਰਗਾ ਅਕਿਰਤ ਕਣ ਕੋਈ ਹੋਏਗਾ ਆਸ ਲਾ ਕੇ ਬੈਠੇ ਵੀ ਤੁਹਾਡੀਆਂ ਨੋਹਾਂ ਤੁਹਾਡੀ ਸੇਵਾ ਕਰਨਗੀਆਂ ਤੁਹਾਨੂੰ ਤੇ ਦੋ ਜਗ੍ਹਾ ਨਹੀਂ ਮਿਲਣੀ ਨਰਕਾਂ ਵਾਲਿਆਂ ਲੋਕਾਂ ਵੀ ਧੱਕੇ ਮਾਰ ਕੇ ਬਾਹਰ ਕਰ ਦੇਣਾ ਵੀ ਸਾਡਾ ਵੀ ਕੁਛ ਸਟੇਟਸ ਹੈ ਰਹਿਣ ਦਾ ਐਵੇਂ ਨਹੀਂ ਕਿਹਾ ਭਾਈ ਗੁਰਦਾਸ ਨੇ ਆਪਣੀ ਕਰਨੀ ਕਰ ਨਰਕ ਹੁੰਦਾ ਪਾਉ ਉਠਾਓ ਕਹਿਣਗੇ ਜਿੱਦਾਂ ਦੇ ਮੇਰੇ ਕੰਮ ਹੈ ਨਾ ਉਹਨਾਂ ਕੰਮਾਂ ਵੱਲ ਜੇ ਦਾਦਾ ਤੂੰ ਵੇਖਣ ਲੱਗ ਪਿਆ ਨਾ ਮੈਨੂੰ ਤੇ ਨਰਕਾਂ ਵਿੱਚ ਵੀ ਜਗ੍ਹਾ ਨਹੀਂ ਮਿਲਣੀ ਕਿਉਂਕਿ ਨਰਕਾਂ ਵਿੱਚ ਰਹਿਣ ਵਾਲਿਆਂ ਵਾਲਾ ਵੀ ਕੋਈ ਸਟੇਟਸ ਹੈ ਕੋਈ ਰਹਿਣੀ ਬਹਿਣੀ ਹੈ ਮੈਂ ਤੇ ਉਹਨਾਂ ਤੋਂ ਦੂਜੇ ਤੀਜੇ ਚੌਥੇ ਦਰਜੇ ਦਾ ਬੰਦਾ ਆਪਣੀ ਕਰਨੀ ਕਰ ਨਰਕ ਹੁਣਾ ਪਾਉ ਠੋਰ ਹਾਂ ਜਦੋਂ ਮੈਂ ਤੇਰੇ ਬਿਰਧ ਵੱਲ ਵੇਖਦਾ ਫਿਰ ਥੋੜਾ ਜਿਹਾ ਆਸਰਾ ਵੱਜਦਾ ਤੂੰ ਮੇਰੋ ਬਿਰਧ ਕਰ ਆਸਰਾ ਸੰਭਾਰ ਹੋ ਤੇਰੇ ਬਿਰਧ ਵੱਲ ਵੇਖ ਕੇ ਥੋੜਾ ਜਿਹਾ ਹੌਸਲਾ ਵੱਜਦਾ ਵੈਸੇ ਨਹੀਂ ਮੈਂ ਆਪਣੇ ਕੰਮਾਂ ਵੱਲ ਵੇਖਾਂ ਨਾ ਤੇ ਦਾਦਾ ਫਿਰ ਤੇ ਪੱਕੀ ਗੱਲ ਹੈ ਵੀ ਮੈਨੂੰ ਨਰਕਾਂ ਵਾਲਿਆਂ ਵੀ ਕਹਿਣਾ ਚੱਲ ਭਾਈ ਇੱਥੋਂ ਨਿਕਲ ਸਾਡੇ ਨਰਕਾਂ ਦਾ ਮਾਹੌਲ ਗੰਦਾ ਨਾ ਕਰ ਅੰਦਾਜ਼ਾ ਲਾਓ ਨਰਕ ਸਭ ਤੋਂ ਮਾੜਾ ਹੈ ਪਰ ਜਿਹੜਾ ਬੰਦਾ ਅਕਿਰਤ ਘਣ ਹੋ ਗਿਆ ਜਿਹੜਾ ਕਿਸੇ ਦੇ ਕੀਤੇ ਪਰ ਵੈਸੇ ਇਹ ਦੇਸ਼ ਦੇ ਉੱਤੇ ਕਈ ਵਾਰੀ ਮਹਿਸੂਸ ਹੁੰਦਾ ਵੈਸੇ ਆ ਜਿਹੜੇ ਤੁਸੀਂ ਕਵੀ ਨੇ ਬੜੀ ਕਮਾਲ ਦੀ ਗੱਲ ਲਿਖੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਬਾਰੇ ਧਿਆਨ ਦੇ ਕੇ ਸੁਣਨਾ ਜਿਸ ਦੇਸ਼ ਵਿੱਚ ਅੱਜ ਆਪਾਂ ਬੈਠੇ ਹਾਂ ਨਾ ਸਾਧ ਸੰਗਤ ਇਸ ਦੇਸ਼ ਵਿੱਚ ਜਿੰਨੇ ਵੀ ਮੁਸਲਮਾਨ ਅੱਜ ਤੁਹਾਨੂੰ ਨਜ਼ਰ ਆਉਂਦੇ ਨੇ ਖਾਸ ਕਰਕੇ ਆ ਜਿਹੜੇ ਗਵਾਲੇ ਗੁੱਜਰ ਨੇ ਕਦੀ ਇਹਨਾਂ ਨੂੰ ਪੁੱਛ ਕੇ ਵੇਖੋ ਅੱਜ ਜਦੋਂ ਵੀ ਕਿਤੇ ਪੰਜਾਬ ਵਿੱਚ ਇਹਨਾਂ ਗੁੱਜਰਾਂ ਦੇ ਕੋਲ ਗਵਾਲਿਆਂ ਕੋਲ ਬਹਿਣ ਦਾ ਮੌਕਾ ਬਣਦਾ ਨਾ ਅਸੀਂ ਤੇ ਕਈ ਵਾਰ ਪੁੱਛ ਕੇ ਵੇਖਿਆ ਵੀ ਤੁਸੀਂ ਸੱਚ ਦੱਸਿਓ ਵੀ ਤੁਸੀਂ ਅਸਲੀ ਮੁਸਲਮਾਨ ਜੇ ਉਹ ਆਪ ਦੱਸਦੇ ਕਹਿੰਦੇ ਅਸੀਂ ਅਸਲੀ ਮੁਸਲਮਾਨ ਨਹੀਂ ਸਾਡੇ ਦਾਦੇ ਪੜਦਾਦੇ ਲੱਕੜ ਦਾਦੇ ਪਹਿਲਾਂ ਭਾਰਤ ਵਿੱਚ ਵੱਖ ਵੱਖ ਜਾਤਾਂ ਦੇ ਸਨ ਡਰਦੇ ਮਾਰੇ ਅਸੀਂ ਮੁਸਲਮਾਨ ਬਣੇ ਇਸਲਾਮ ਕਬੂਲ ਕੀਤਾ ਪੁਰਾਤਨ ਸਮੇਂ ਦਾ ਇਤਿਹਾਸ ਪੜ੍ਹ ਕੇ ਵੇਖੋ ਕਵੀ ਨੇ ਬੜੇ ਪਿਆਰੇ ਬੋਲ ਲਿਖੇ ਕਹਿਣ ਲੱਗਾ ਆਜ ਜੋਲੋ ਹਿੰਦ ਮੈਂ ਦੇਖਤ ਹੈ ਮੁਸਲਮਾਨ ਅੱਜ ਜਿਹੜੇ ਤੁਹਾਨੂੰ ਹਿੰਦੁਸਤਾਨ ਵਿੱਚ ਭਾਰਤ ਵਿੱਚ ਮੁਸਲਮਾਨ ਦਿਖਾਈ ਦਿੰਦੇ ਨੇ ਨਾ ਇਹ ਸਾਰੇ ਅਸਲੀ ਨਹੀਂ ਇਹਨਾਂ ਵਿੱਚੋਂ ਅਸਲੀ ਹੈਗੇ ਨੇ ਪਰ ਟਾਵੇ ਨੇ ਸਾਰੇ ਨਹੀਂ ਧਿਆਨ ਨਾਲ ਸੁਣਿਓ ਗੱਲ ਸਮਝ ਪੈ ਜਾਏ ਕਵੀ ਦੇ ਕਹਿਣ ਦਾ ਭਾਵ ਕੀ ਸੀ ਕਹਿੰਦੇ ਆਜ ਜੋਲੋ ਦੇਖਤ ਹੈ ਹਿੰਦ ਮੈਂ ਜੋ ਮੁਸਲਮਾਨ ਇਹਨਾਂ ਨੇ ਬਤਾਓ ਕੌਣ ਅਰਬ ਸਥਾਨ ਕੇ ਇਹਨਾਂ ਵਿੱਚੋਂ ਦੱਸੋ ਅਰਬ ਸਥਾਨ ਦੇ ਇਲਾਕੇ ਤੋਂ ਕਿਹੜਾ ਆਇਆ ਕੌਣ ਸੀ ਵੇ ਖੱਤਰੀ ਬ੍ਰਾਹਮਣ ਵੈ ਬਾਣੀ ਕੇ ਪੂਤ ਬਹੁਤੇ ਕੁਝ ਖੱਤਰੀ ਬਣ ਗਏ ਕੁਝ ਬ੍ਰਾਹਮਣਾਂ ਦੇ ਪੁੱਤਰ ਬਣ ਗਏ ਡਰਦੇ ਮੁਸਲਮਾਨ ਕੌਣ ਜੁਲਮ ਸਮੇਂ ਜੀ ਇਹਨਾਂ ਦਾ ਖੱਤਰੀ ਬ੍ਰਾਹਮਣ ਵੈ ਬਾਣੀ ਕੇ ਪੂਤ ਬਹੁਤੇ ਜੱਟ ਜ਼ਿਮੀਦਾਰ ਔਰ ਕੌਮ ਤਰਖਾਣ ਕੇ ਕੁਝ ਜੱਟ ਬਣ ਗਏ ਕੁਝ ਜ਼ਿਮੀਦਾਰ ਕੋਈ ਤਰਖਾਣ ਇਹ ਹੌਲੀ ਹੌਲੀ ਇਸਲਾਮ ਕਬੂਲ ਕਰ ਗਏ ਕਹਿ ਲਗੇ ਆਜ ਜੋਲੋ ਦੇਖਦੇ ਹਿੰਦ ਮੈਂ ਜੋ ਮੁਸਲਮਾਨ ਇਨਮੇ ਬਤਾਓ ਕੌਣ ਅਰਬ ਸਥਾਨ ਕੇ ਖੱਤਰੀ ਬ੍ਰਾਹਮਣ ਵੈ ਬਾਣੀ ਕੇ ਪੂਤ ਬਹੁਤੇ ਜੱਟ ਜ਼ਿਮੀਦਾਰ ਔਰ ਕੌਮ ਤਰਖਾਣ ਕੇ ਮੱਕੇ ਮਦੀਨੇ ਕੇ ਨਾ ਯੇ ਵਸਨੀਕ ਹੋਏ ਇਹ ਕੋਈ ਮੱਕੇ ਮਦੀਨੇ ਚੋਂ ਨਹੀਂ ਆਏ
ਕਦੀ ਗਵਾਲਿਆਂ ਨੂੰ ਪੁੱਛ ਕੇ ਵੇਖਿਓ ਵੀ ਤੁਹਾਡੀਆਂ ਚਾਰ ਪੰਜ ਪੀੜ੍ਹੀਆਂ ਪਿੱਛੋਂ ਕਿੱਥੋਂ ਆਈਆਂ ਸੀ। ਕਹਿੰਦੇ ਮੱਕੇ ਉਹ ਮਦੀਨੇ ਕੇ ਨਾ ਯੇ ਵਸਨੀਕ ਹੋਏ, ਰਬ ਜੀ ਦੁਰਾਨੀ ਨਾ ਰਹੇ। ਈਰਾਨ ਕੇ, ਈਰਾਨ ਵਿੱਚੋਂ ਨਹੀਂ ਆਏ, ਰਬ ਜੀ ਦੁਰਾਨੀ ਨਹੀਂ, ਮੱਕੇ ਮਦੀਨੇ ਨਹੀਂ ਆਏ। ਲਫ਼ਜ਼ ਵੇਖੋ ਕਿੰਨੇ ਪਿਆਰੇ ਲਿਖੇ, ਇਸੀ ਤੌਰ ਹਿੰਦ ਸਭ ਹੋਤੀ ਮੁਸਲਮਾਨ, ਇਸੇ ਤਰੀਕੇ ਨਾਲ ਸਾਰਾ ਦੇਸ਼ ਕਿਤੇ ਮੁਸਲਮਾਨ ਬਣ ਜਾਣਾ ਸੀ। ਜੋਨਾ ਤੀਰ ਸ਼ੂਟ ਤੇ ਗੋਬਿੰਦ ਸਿੰਘ ਜਵਾਨ ਕੀ, ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੇ ਕਮਾਨ ਚੋਂ ਤੀਰ ਨਾ ਨਿਕਲਦੇ, ਇਸ ਦੇਸ਼ ਵਿੱਚ ਇਸਲਾਮ ਤੋਂ ਬਿਨਾਂ ਦੂਜਾ ਹੋਣਾ ਹੀ ਕੋਈ ਨਹੀਂ ਸੀ। ਇਸੀ ਤੌਰ ਹਿੰਦ ਸਭ ਹੋਤੀ ਮੁਸਲਮਾਨ, ਜੋਨਾ ਤੀਰ ਸ਼ੂਟ ਤੇ ਗੋਬਿੰਦ ਸਿੰਘ ਜਵਾਨ ਕੇ, ਹੇ ਕਰਜੀਧਰ ਪਾਤਸ਼ਾਹ ਮਹਾਰਾਜ ਤੇਰੇ ਕਮਾਨ ਚੋਂ ਤੀਰ ਨਾ ਨਿਕਲਦੇ, ਪਿਆ ਜਿਹੜਾ ਦੇਸ਼ ਥੋੜਾ ਬੋਝਾ ਬਚਿਆ ਸ਼ਾਇਦ ਨਾ ਬਚ ਪਾਉਂਦਾ। ਅੱਜ ਫੰਨ ਕੱਢ ਕੇ ਵਿਖਾਉਂਦੇ ਨੇ ਸਾਨੂੰ। ਅੱਜ ਦੇਖ ਲਓ ਅਗਲਾ ਬੋਲ ਪੜ੍ਹੋ, ਕਹਿੰਦੇ ਕਾਲੀ ਕਲਕੱਤੇ ਵਾਲੀ ਕਰ ਗਈ ਭੌਣ ਖਾਲੀ। ਵੇਖੋ ਅੱਜ ਕਿੱਦਾਂ ਕਿੱਦਾਂ ਜਾਇਜ਼ਾ ਕੀਤੀ ਜਾ ਰਹੀ ਹੈ। ਕਹਿੰਦੇ ਕਾਲੀ ਕਲਕੱਤੇ ਵਾਲੀ ਕਰ ਗਈ ਭੌਣ ਖਾਲੀ, ਜਦੋਂ ਲੋੜ ਪਈ ਕਾਲੀ ਕਲਕੱਤੇ ਵਾਲੀ ਦੀ ਜਗ੍ਹਾ ਖਾਲੀ ਕਰ ਗਈ। ਜਾਏ ਕੇ ਬਿਰਾਜੀ ਕਹੀਂ ਚਾਦਰਾਂ ਕੋ ਤਾਣ ਕੇ, ਚਾਦਰਾਂ ਤਾਣ ਕੇ ਸੌਂ ਗਈ, ਜਿਨ੍ਹਾਂ ਦੇ ਅੱਗੇ ਚਾਦਰਾਂ ਚੜਾਈਆਂ ਗਈਆਂ ਉਹ ਚਾਦਰਾਂ ਹੀ ਤਾਣ ਕੇ ਸੌਂ ਗਈ। ਕਾਲੀ ਕਲਕੱਤੇ ਵਾਲੀ ਕਰ ਗਈ ਭੌਣ ਖਾਲੀ, ਜਾਏ ਕੇ ਬਿਰਾਜੀ ਕਹੀਂ ਚਾਦਰਾਂ ਕੋ ਤਾਣ ਕੇ, ਹਾਏ ਅਫਸੋਸ ਕਿਸੇ ਆਣ ਕੇ ਨਾ ਸਾਰ ਲਈ ਨੀ। ਤੁਸੀਂ ਸਾਹਸਤ ਕਿਸੇ ਨੂੰ ਪਾੜੋ ਵੀ ਮੇਰੀ ਲੋੜ ਪਵੇ, ਮੁਸੀਬਤ ਤੇ ਮੁਸੀਬਤ ਵੇਲੇ ਮੇਰੀ ਮਦਦ ਕਰੀ। ਕਸ਼ਮੀਰੀ ਬ੍ਰਾਹਮਣ ਚੱਲ ਕੇ ਆਏ, 16 ਬ੍ਰਾਹਮਣ ਅਗਵਾਈ ਕਰਦੇ ਆਏ, ਕਿਹਦੇ ਕੋਲ ਗਏ ਸੀ ਪਹਿਲਾਂ ਭੈਣੋ ਦੱਸੋ ਜੀ, ਸੱਚ ਬੋਲ ਕੇ ਦੱਸ ਦਿਓ ਕਿਹਦੇ ਕੋਲ ਗਏ ਸੀ ਦੱਸੋ, ਗੁਰੂ ਕੇ ਸਿੱਖੋ ਕਿੱਥੇ ਗਏ ਸੀ। ਹਾਏ ਅਫਸੋਸ ਕਿਸੇ ਆਣ ਕੇ ਨਾ ਸਾਰ ਨਹੀਂ ਨੀ, ਇਹ ਇਨਸਾਫ ਸੱਚ ਬੋਲਦੇ ਹੋ। ਹਾਏ ਅਫਸੋਸ ਕਿਸੇ ਆਣ ਕੇ ਨਾ ਸਾਰ ਨਹੀਂ ਨੀ, ਜਬ ਹੀ ਸੀਸ ਕਾਟਦੇ ਤੇ ਕੁੱਲ ਹਿੰਦਵਾਨ ਕੇ, ਜਦੋਂ ਸੀਸ ਵੱਡੇ ਜਾ ਰਹੇ ਸੀ ਕਿਸੇ ਨੇ ਸਾਰ ਨਾ ਲਈ, ਕਿਸੇ ਨੇ ਬਾਹ ਨਾ ਫੜੀ। ਹਾਏ ਅਫਸੋਸ ਕਿਸੇ ਆਣ ਕੇ ਨਾ ਸਾਰ ਨਹੀਂ ਨੀ, ਜਬ ਹੀ ਸੀਸ ਕਾਟਦੇ ਤੇ ਕੁੱਲ ਹਿੰਦਵਾਨ ਕੇ, ਕਹਿਣ ਲੱਗੇ ਕਿਸੇ ਨੇ ਪ੍ਰਚੰਡ ਹੋ ਕੇ ਦੇਸ਼ ਕਾ ਨਾ ਕੀਆ ਭਲਾ, ਕਿਸੇ ਦੇਵੀ ਨੇ ਕਿਸੇ ਦੇਵਤੇ ਨੇ ਕਿਸੇ ਭਗਵਾਨ ਨੇ ਪ੍ਰਗਟ ਹੋ ਕੇ ਦੇਸ਼ ਦਾ ਭਲਾ ਨਹੀਂ ਕੀਤਾ। ਕਹਿ ਕੇ ਕਿਸੇ ਨੇ ਪ੍ਰਚੰਡ ਹੋ ਕੇ ਦੇਸ਼ ਕਾਰਾ ਕੀਆ ਭਲਾ, ਆਜ ਸਭੀ ਜਾਗ ਉੱਠੇ ਦੇਵਤਾ ਜਹਾਨ ਕੇ। ਅੱਜ ਮਾਰੋ ਧਿਆਨ ਕਿੱਦਾਂ ਜਗਰਾਤੇ ਹੋ ਰਹੇ ਨੇ, ਕਿੱਦਾਂ ਭੇਟਾਵਾਂ ਗਾਈਆਂ ਜਾ ਰਹੀਆਂ ਨੇ। ਜਦੋਂ ਲੋੜ ਪਈ ਉਦੋਂ ਬੋਲ ਦਿਓ ਜੀ, ਡਰਦੇ ਆ? ਮੈਂ ਡਰਦਾ, ਮੈਂ ਕਹਿੰਦਾ ਜਦੋਂ ਲੋੜ ਪਈ ਉਦੋਂ ਕੋਈ ਨਹੀਂ ਆਇਆ। ਸਵਾਰਥ ਦੇਖੋ ਸਾਡਾ, ਕਹਿੰਦੇ ਜਦੋਂ ਲੋੜ ਪਈ ਕੋਈ ਨਹੀਂ ਬੋੜਿਆ ਸਾਡੀ ਬਾਹ ਫੜਨ ਵਾਲਾ, ਕਿਸੇ ਨੇ ਬਾਹ ਨਾ ਫੜੀ। ਕਹਿਣਗੇ ਹਾਏ ਅਫਸੋਸ ਕਿਸੇ ਆਣ ਕੇ ਨਾ ਸਾਰ ਨਹੀਂ, ਜਬ ਹੀ ਸੀਸ ਕਾਟਦੇ ਤੇ ਕੁੱਲ ਹਿੰਦਵਾਨ ਕੇ, ਕਿਸੇ ਨੇ ਪ੍ਰਚੰਡ ਹੋ ਕੇ ਦੇਸ਼ ਕਾ ਨਾ ਕੀਆ ਭਲਾ, ਆਜ ਸਭੀ ਜਾਗ ਉੱਠੇ ਦੇਵਤਾ ਜਹਾਨ ਕੇ। ਦੇਵੀ ਦੇਵ ਇਸ ਜਹਾਨ ਸੇ ਦੂਰ ਹੋਤੇ, ਇਸ ਦੇਸ਼ ਵਿੱਚੋਂ ਕੋਈ ਦੇਵੀ ਦੇਵਤਾ ਲੱਭਦਾ ਨਾ, ਜੋਨਾ ਤੀਰ ਸ਼ੂਟ ਤੇ ਗੋਬਿੰਦ ਸਿੰਘ ਜਵਾਨ ਕੇ। ਕਲਗੀਧਰ ਪਾਤਸ਼ਾਹ ਤੇਰੇ ਕਮਾਨ ਚੋਂ ਤੀਰ ਨਾ ਨਿਕਲਦੇ, ਸ਼ਾਇਦ ਅੱਜ ਕੋਈ ਮੰਦਰ ਬਚਦਾ ਨਾ, ਇਹ ਅੱਜ ਸਿੱਜਦਾ ਕਰਨਾ ਬਣਦਾ ਤੇ ਕਲਗੀਧਰ ਪਾਤਸ਼ਾਹ ਤੇਰੇ ਚਰਨਾਂ ਤੇ ਕਰਨਾ ਬਣਦਾ ਹੈ। ਪਰ ਨਾ ਲੈਣ ਨੂੰ ਤਿਆਰ ਹੈ ਕੋਈ ਨੀ, ਕਿਉਂ ਸਾਹ ਸਕਤ? ਸਵੇਰੇ ਸਿੱਖ ਦੇ ਘਰ ਅਖੰਡ ਪੜ, ਸ਼ਾਮ ਨੂੰ ਜਗਰਾਤਾ। ਅੱਜ ਤੁਹਾਨੂੰ ਸ਼ਨੀਵਾਰ ਬਹੁਤ ਘੱਟ ਸਿੱਖ ਕਰੀ ਨਾ, ਮੈਂ ਤੇ ਅਕਸਰ ਕਈ ਵਾਰੀ ਵੇਖਦਾ ਹੁੰਦਾ ਅੰਮ੍ਰਿਤਸਰ ਯੂਨੀਵਰਸਲ ਵਾਲਿਆਂ ਦੀ ਜਿਹੜੀ ਏਜੰਸੀ ਹੈ, ਰੱਬ ਵੱਲੋਂ ਸ਼ਨੀਵਾਰ ਇੱਕ ਵਾਰ ਜਾਣ ਦਾ ਮੌਕਾ ਬਣਿਆ। ਉਹ ਆਪ ਦੱਸਦਾ, ਉਸ ਦਾ ਮੈਨੇਜਰ ਦੱਸਦਾ, ਕਹਿੰਦੇ ਆਮ ਦਿਨਾਂ ਨਾਲੋਂ ਨਾ ਸ਼ਨੀਵਾਰ ਸਾਡੀ ਗਾਹਕੀ ਘੱਟ ਹੁੰਦੀ ਹੈ। ਪੁੱਛੋ ਕਿਉਂ? ਕਹਿੰਦੇ ਸ਼ਨੀਵਾਰ ਨਾ ਭਾਵੇਂ ਅਸੀਂ 20,000 ਗੱਡੀ ਸਸਤੀ ਵੀ ਦਈਏ ਨਾ,
ਖਰੀਦਦੇ ਬਹੁਤ ਲੋਕ ਘੱਟ ਨੇ, ਕਿਉਂ ਜੀ? ਕਹਿੰਦੇ ਸ਼ਨੀਵਾਰ ਲੋਹਾ ਖਰੀਦ ਕੇ ਘਰ। ਵੈਸੇ ਮਹਾਰਾਜ ਦੇ ਸਰੂਪ ਨੂੰ ਰਾਤ ਨੂੰ ਸੇਵਾ ਕਰਨਾ ਨਾ, ਉਦੋਂ ਐਵੇਂ ਪੜੀ ਜਾਣਾ, ਦਰਾਜ ਕਰੇਗਾ ਖਾਲਸਾ ਦੇਖ ਦੇਖ ਫਤਿਹ ਪੰਥ ਕੀ ਜੀਤ। ਕਿੱਥੇ ਕਰਨਾ ਜੀ? ਤੁਹਾਡਾ ਤੇ ਮਨ ਹੀ ਆਪਣੇ ਕੰਟਰੋਲ ਚ ਨਹੀਂ ਹੈਗਾ, ਕਿੱਥੇ ਰਾਜ ਕਰਨਾ ਪਿਆਲਿਆ? ਗੁੱਟ ਤੇਰੇ ਕੰਟਰੋਲ ਚ ਹੈ ਨੀ, ਕੜੇ ਦੇ ਨਾਲ ਲਾਲ ਧਾਗਾ ਬੱਧਾ, ਉਂਗਲਾ ਤੇਰੀ ਕੰਟਰੋਲ ਚ ਹੈ ਨੀ, ਇੱਥੇ ਮੁੰਦਰੀਆਂ ਜੋਤਸ਼ੀਆਂ ਨੂੰ ਪੁੱਛ ਕੇ ਪਾਈਆਂ, ਰਾਜ ਕਰਨਾ ਕਿੱਥੇ? ਤੇਰਾ ਰਾਜ ਤੇ ਆਪਣੇ ਸਰੀਰ ਤੇ ਵੀ ਹੈਗੀ, ਇੱਥੇ ਮੁੰਦਰੀਆਂ ਤੇਰੇ ਤੇ ਹੱਥਾਂ ਦੀਆਂ, ਉਂਗਲਾਂ ਤੇਰੇ ਅਧੀਨ ਹੈਗੀ ਅਜੇ। ਤੇਰਾ ਤੇ ਗੁੱਟ ਤੇਰੇ ਆ ਕੇ ਨੀ ਲੱਗਦਾ, ਲੱਗਦਾ ਕਿੱਦਾਂ? ਦੋਹਰੇ ਤੇਰੇ ਧਾਗੇ ਵਲੇਟੇ ਹੁੰਦੇ ਨੇ। ਤੇ ਮਹਾਰਾਜ ਦੇ ਸਰੂਪ ਦੀ ਜਦੋਂ ਰਾਤ ਨੂੰ ਸੇਵਾ ਕਰਦੇ, ਇੰਝ ਲੱਗਦਾ ਵੀ ਇਹਨਾਂ ਨੇ ਅੱਜ ਰਾਜ ਖਾਲਸੇ ਦਾ ਕਰਕੇ ਜਾਣਾ, ਇੱਥੇ ਲੱਗਦਾ ਇੰਝ ਲੱਗਦਾ ਨਾ ਵੀ ਅਸੀਂ ਸਾਰਿਆਂ ਨੇ ਰਾਜ ਖਾਲਸੇ ਦਾ ਕਰ ਦੇਣਾ। ਪਿਆਰਿਆ ਤੇਰੇ ਤੇ ਹੱਥ ਤੇਰੇ ਕੰਟਰੋਲ ਚ ਨਹੀਂ ਹੈ ਜੇ, ਅਜੇ ਮੁੰਦਰੀਆਂ ਪਾ ਰਿਹਾ ਜੋਤਸ਼ੀਆਂ ਪਾਂਧਿਆਂ ਨੂੰ ਪੁੱਛ ਕੇ। ਕਹਿਣਗੇ ਇਨਸਾਫ ਕਰ ਕਲਗੀਧਰ ਪਾਤਸ਼ਾਹ ਮਹਾਰਾਜ, ਜਿਹਨੇ ਜਿਹਨਾਂ ਨੇ ਆਗਮਨ ਧਾਰਨ ਕੀਤਾ ਉਹਨਾਂ ਦੇਸ਼ ਦਾ ਕਿੰਨਾ ਭਲਾ ਕੀਤਾ, ਪਰ ਅੱਜ ਵੇਖ ਲਓ ਅਹਿਸਾਨ ਫਰਾਮੋਸ਼ੀ। ਦੂਜਿਆਂ ਨੂੰ ਕੀ ਕਹਿਣਾ ਜੀ, ਅਸੀਂ ਆਪਣੀ ਗੱਲ ਹੀ ਕਰ ਲੈਂਦੇ ਹਾਂ। ਅੱਜ ਸੇ ਗੁਰਦੁਆਰੇ ਵੀ ਜਾਂਦਾ ਹੈ ਸ਼ਨੀਵਾਰ, ਹੁਣ ਵੇਖਿਓ ਗੁਰਦੁਆਰੇ ਮੱਥਾ ਟੇਕ ਕੇ ਜਾ ਕੇ ਗੱਡੀ ਲੈ ਕੇ ਜਾ ਰਹੇ, ਤਜਰਬਾ ਕਰਕੇ ਵੇਖ ਲਿਓ, ਲਾਲਬੱਤੀ ਹੋਏਗੀ ਗੱਡੀ ਰੁਕੇਗੀ, ਇੱਧਰ ਇੱਕ ਬੰਦਾ ਆਏਗਾ ਉਹਨੇ ਫੋਟੋ ਰੱਖੀ ਹੋਏਗੀ, ਨਾਲੇ ਕਹੇਗਾ ਅੱਜ ਸ਼ਨੀਵਾਰ ਹੈ, ਸ਼ਨੀ ਦੇਵਤੇ ਕੀ ਪੂਜਾ ਹੈ। ਗੁਰਦੁਆਰੇ ਵੀ 10 ਰੁਪਏ ਸਿਰੇ ਗੁਰੂ ਚ ਪਾ ਗਿਆ, 10 ਰੁਪਏ ਉਹ ਚ ਨੀ ਪਾ ਗਿਆ ਵੀ ਲੈ ਹੁੰਦਾ ਗੁਰੂ ਨੂੰ ਚੇਤਾ ਹੀ ਭੁੱਲ ਗਿਆ, ਵੀ ਜਿੱਥੇ ਸਿਰੇ 10 ਰੁਪਏ ਪਾ ਗਿਆ ਹੁੰਦਾ ਗੱਲ ਨਾ ਬਣੇ, ਇੱਥੇ ਗੱਲ ਬਣ ਜਾਏ। ਤੇ ਤਰਨ ਤਾਰਨ ਅਸੀਂ ਆਪ ਵੇਖਿਆ, ਸਾਰੀ ਦਿਹਾੜੀ ਤੇਲ ਇਕੱਠਾ ਕਰਕੇ ਨਾ, ਤੇਲ ਇਕੱਠਾ ਕਰਕੇ ਹਲਵਾਈ ਨੂੰ ਵੇਚ ਜਾਂਦੇ ਨੇ, ਫਿਰ ਉਹਦੇ ਪਕੌੜੇ ਨਿਕਲਦੇ ਨੇ, ਅਸੀਂ ਫਿਰ 100-100 ਰੁਪਏ 200-200 ਦੇ ਖਰੀਦ ਕਰ ਲਏ ਹੋਏ, ਸਾਨੂੰ ਕੌਣ ਸਿਆਣਾ ਆ ਕੇ ਜੀ 10 ਰੁਪਈਆਂ ਦਾ ਸ਼ਨੀ ਦੇਵਤਾ ਗਲੋਂ ਲਾ ਕੇ ਆਏ, 100-150 ਦਾ ਖਰੀਦ ਕੇ ਫੇਰ ਕਰ ਲਏ ਆਏ, ਸਾਨੂੰ ਸਿਆਣਾ ਕੌਣ ਆਖੂਗਾ ਜੀ? ਜੋਤਸ਼ੀਆਂ ਪਾਂਧਿਆਂ ਦੇ ਆ ਕੇ ਲਾ ਕੇ ਨਾਰੀਅਲ ਨਹਿਤ ਸੁੱਟਿਆ। ਪਿਛਲੇ ਦਿਨ ਆਰਟੀਕਲ ਆਇਆ ਸੀ ਮਿਸ਼ਨ ਦੀ ਸੇਧਾਂ ਵਿੱਚ, ਕਿਹਾ ਨਹਿਰਾਂ ਦੇ ਵਿੱਚ ਜਿਹੜੇ ਨਾਰੀਅਲ ਰੁੜਦੇ ਜਾਂਦੇ ਨੇ, ਇੱਕ ਬੰਦਾ ਨਹਿਰ ਦੇ ਕੰਢੇ ਤੇ ਬੈਠਾ, ਕਹਿੰਦਾ ਉਹਨੇ ਛਾਲ ਮਾਰੀ ਸਾਰੇ ਨਾਰੀਅਲ ਬਾਹਰ ਕੱਢੇ। ਛੁੱਟੇ ਕਹਿੰਦਾ ਸੀ ਕਿਸੇ ਦੀ ਧੀ ਮੰਗਲੀਕ ਸੀ, ਜੋਤਸ਼ੀ ਨੂੰ ਪੁੱਛਣ ਚਲੇ ਗਏ, ਹੁਣ ਜਿਹੜਾ ਦੁਕਾਨ ਖੋਲ੍ਹ ਕੇ ਬੈਠਾ ਨਾ ਉਹਨੇ ਦੇ ਵਹਿਮਾਂ 'ਚ ਪਾਉਣਾ ਹੀ ਹੈ ਤੁਹਾਨੂੰ। ਉਹਨੇ ਕਹਿਤਾ ਤੁਹਾਡੀ ਧੀ ਮੰਗਲੀਕ ਹੈ, 11 ਨਾਰੀਅਲ ਸੰਧੂਰ ਪਾ ਕੇ ਸਵੇਰੇ ਤੜਕੇ ਚੱਲਦੇ ਪਾਣੀ 'ਚ ਸੁੱਟ ਆਓ। ਪਤੀ ਪਤਨੀ ਸੁੱਟਣ ਗਏ, ਜਦੋਂ ਨਾਰੀਅਲ ਸੁੱਟੇ ਤੇ ਨਹਿਰ ਦੇ ਕੰਢੇ 'ਤੇ ਬੈਠਾ ਹੋਇਆ ਬੰਦਾ, ਸਧਾਰਨ ਜਿਹੇ ਕੱਪੜੇ ਪਾਏ, ਉਹਨੇ ਨਾਰੀਅਲ ਬਾਹਰ ਕੱਢੇ, ਭੰਨ ਕੇ ਉਹਨੇ ਗਿਰੀ ਕੱਢੀ, ਟ੍ਰੇਨ 'ਚ ਜਾ ਕੇ ਬੱਸ 'ਚ ਚੜ੍ਹ ਗਿਆ। ਉਹ ਪਤੀ ਪਤਨੀ ਕਹਿੰਦਾ ਸਮਝਾਉਣ ਦਾ ਤਰੀਕਾ, ਕਹਿੰਦਾ ਉਹ ਪਤੀ ਪਤਨੀ ਬੱਸ 'ਚ ਬੈਠੇ, ਪਤੀ ਪਤਨੀ ਨੂੰ ਪੁੱਛਦਾ ਭਾਗਾਂ ਵਾਲੀਏ ਗਿਰੀ ਖਾਣੀ ਹੈ? ਕਹਿੰਦੀ ਲੈ ਲਓ 10-20 ਦੀ। ਅੱਛਾ ਉਹ ਉਹਨਾਂ ਦੇ ਨਾਰੀਅਲ ਨੇ ਵੀ ਇਹ ਜਿਹੜਾ ਮਗਲੀਕ ਵਾਲਾ ਵਹਿਮ ਗਲੋਂ ਲਾ ਕੇ ਆਇਆ ਜਾਂਦਾ, ਆਹ ਤੁਹਾਡਾ ਹੀ ਸਮਾਨ ਵੇਚੀ ਜਾਂਦਾ ਤੁਹਾਨੂੰ, ਸਾਨੂੰ ਕੌਣ ਸਿਆਣਾ ਆਖੂਗਾ ਜੀ? ਮਾਫ ਕਰਨਾ, ਸਾਨੂੰ ਕੌਣ ਸਿਆਣਾ ਕੇ? ਸਾਡੇ ਤੇ ਨਾ ਉਹ ਗੱਲ ਢੁਕਦੀ ਹੈ, ਗੁਰਦੇਵ ਸਿੰਘ ਸਿੱਧੇ ਵਾਲੀ ਹੈ, ਟੋਰਾਂਟੋ ਕਨੇਡਾ ਹੈ, ਉਹਦੇ ਆਰਟੀਕਲ ਅਕਸਰ ਛਪਦੇ ਰਹਿੰਦੇ। ਉਹਨੇ ਗੱਲ ਬੜੀ ਕੀਮਤੀ ਲਿਖੀ, ਕਹਿਣ ਲੱਗਾ ਇੱਕ ਪਤੀ ਆਪਣੀ ਪਤਨੀ ਨੂੰ ਕਹਿੰਦਾ ਭਾਗਾਂ ਵਾਲੀ ਹੈ ਦੇਸ਼ ਅੰਨਿਆਂ ਦਾ, ਇਸ ਦੇਸ਼ ਵਿੱਚ ਸਿਆਣਾ ਕੋਈ ਨਹੀਂ। ਪਤਨੀ ਕਹਿੰਦੀ ਨਾ ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ, ਬੜੇ ਲੋਕ ਇਸ ਦੇਸ਼ ਵਿੱਚ ਸਿਆਣੇ ਨੇ। ਉਹ ਕਹਿੰਦਾ ਆ ਜਾ ਤਜਰਬਾ ਕਰਨ ਦੇ, ਜਿੱਦਾਂ ਮੈਂ ਕਹਿੰਦਾ ਉੱਦਾਂ ਕਰੀ ਜਾ, 5 ਮਿੰਟ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂ। ਕਹਿੰਦੀ ਠੀਕ ਹੈ, ਚੌਂਕ ਵਿੱਚ ਬਹਿ ਗਏ, ਤਰਸਦਾ ਜਿੱਥੇ 4 ਸੜਕਾਂ ਚੌਂਕ ਵਿੱਚੋਂ 4 ਰਸਤੇ ਪਾੜਦੇ ਸੀ, ਚੌਂਕ ਵਿੱਚ ਬਹਿ ਗਏ। ਚਿੱਟੇ ਰੰਗ ਦਾ ਗਧਾ ਗਲ ਵਿੱਚ ਰੱਸਾ ਪਾ ਕੇ ਕਿਲੇ ਨਾਲ ਬੰਨ ਦਿੱਤਾ।
ਕਹਿੰਦਾ ਲੈ ਭਾਗਾਂ ਵਾਲੀਏ ਦੇ ਸਰੀਰ ਤੋਂ ਇੱਕ ਵਾਲ ਤੂੰ ਪੁੱਟ ਇੱਕ ਮੈਂ ਪੁੱਟਦਾ ਤੇ ਜਦੋਂ ਤੱਕ ਮੈਂ ਕਹਿੰਦਾ ਅੱਖਾਂ ਨਾ ਖੋਲੀ ਆਪੇ ਪਤਾ ਲੱਗ ਜੂ ਇਹ ਦੇਸ਼ ਵਿੱਚ ਸਿਆਣੇ ਲੋਕ ਇਹਨੇ ਨੇ। ਕਹਿੰਦੇ ਠੀਕ ਹੈ। ਗੁਰਦੇਵ ਸਿੰਘ ਸਿੱਧੇਵਾਲੀ ਨੇ ਲਿਖਿਆ ਕਹਿੰਦੇ ਵੀ ਉਹ ਪਤੀ ਨੇ ਪਤਨੀ ਨੂੰ ਕਿਹਾ ਇੱਕ ਗਧੇ ਦੇ ਸਰੀਰ ਤੋਂ ਵਾਲ ਉਹਨੇ ਪੱਟਿਆ ਇੱਕ ਉਹਨੇ ਪੱਟਿਆ ਤੇ ਬਹਿ ਗਏ। ਹੁਣ 15 ਕੁ ਮਿੰਟਾਂ ਬਾਅਦ ਪਤੀ ਪਤਨੀ ਨੂੰ ਕਹਿੰਦਾ ਲੈ ਭਾਗਾਂ ਵਾਲੀ ਅੱਖਾਂ ਖੋਲ ਨਜ਼ਾਰਾ ਵਿਖਾਵਾਂ ਤੈਨੂੰ ਦੇਸ਼ ਕਿੰਨਾ ਕੁ ਸਿਆਣਿਆਂ ਦਾ ਹੈ। ਇੱਧਰ ਬੰਦੇ ਜਿਹੜਾ ਵੀਰ ਸੀ ਉਹਦੇ ਪਿੱਛੇ ਬੰਦਿਆਂ ਦੀ ਲੈਣ ਲੱਗੀ, ਇੱਧਰ ਭੈਣਾਂ ਦੀ ਲੈਣ ਲੱਗੀ। ਕੋਈ ਚੌਂਕ ਸੀ, ਚੌਂਕ ਵਿੱਚ ਤੋਂ ਤਾਂ ਲੋਕ ਲੰਘਦੇ ਹੀ ਨੇ। ਕਿਸੇ ਨੇ ਵਾਲ ਪੁੱਟਦਿਆਂ ਵੇਖ ਲਿਆ ਵੀ ਗਧਾ ਬੜਾ ਕਰਾਮਾਤੀ ਲੱਗਦਾ, ਹੋ ਸਕਦਾ ਵਾਲ ਪੁੱਟਿਆ ਅਮੈਰਿਕਾ ਦਾ ਵੀਜ਼ਾ ਮਿਲ ਜਾਏ। ਨੋ ਵੱਧ ਦਾਜ ਲੈ ਆਵੇ ਮੁੰਡਾ ਸਾਡਾ, ਭਾਵੇਂ ਪੜ੍ਹੇ ਵੀ ਨਾ ਹੋ ਸਕਦਾ, ਚੰਗੀਆਂ ਡਿਗਰੀਆਂ ਕਰ ਲੈ ਸਾਡਾ ਬੱਚਾ, ਪੜ੍ਹਾਈ 'ਚ ਬੜਾ ਕਮਜ਼ੋਰ ਹੋਦਾ, ਗਧੇ ਦਾ ਵਾਲ ਪੱਟੇ ਉਸਦਾ ਆਪੇ ਕਿਤਾਬਾਂ ਪੜ੍ਹਨ ਲੱਗ ਪਏ। ਕਹਿੰਦਾ ਭਾਗਾਂ ਵਾਲੀਏ ਵੇਖ ਗਧਾ ਗੰਜਾ ਕਰ ਦਿੱਤਾ, 15 ਮਿੰਟਾਂ 'ਚ ਵਾਲ ਪੁੱਟ ਪੁੱਟ ਕੇ ਲੋਕਾਂ ਨੇ। ਅਜੇ ਤਾਂ ਲੋਕ ਬਹੁਤ ਆ ਰਹੇ ਨੇ, ਗਧਾ ਹੀ ਗੰਜਾ ਹੋ ਗਿਆ, ਵਾਲ ਹੀ ਨਹੀਂ ਬਚਿਆ। ਲੋਕ ਬੜੇ ਆ ਰਹੇ ਨੇ, ਪਤਾ ਲੱਗ ਗਿਆ ਦੂਰ। ਹੁਣ ਦੱਸ ਦਈਏ ਇਹਨਾਂ 'ਚ ਕੋਈ ਸਿਆਣਾ ਬੰਦਾ ਹੁੰਦਾ ਤੇ ਤੈਨੂੰ ਆਣ ਕੇ ਸਮਝਾਉਂਦੀ ਕੋਈ ਭੈਣ, ਭੈਣੇ ਸਿਆਣੀ ਬਿਆਣੀ ਹੈਗੀ ਹੈ ਚੌਂਕ 'ਚ ਇੱਦਾਂ ਦਾ ਮਜ਼ਾਕ ਨਹੀਂ ਕਰੀਦਾ, ਸਿਆਣੀ ਬਿਆਣੀ ਲੱਗਦੀਆਂ ਨਹੀਂ ਕਰਦੀ। ਜੇ ਕੋਈ ਸਿਆਣਾ ਹੁੰਦਾ ਤੇ ਟੋਕਦਾ, ਜੇ ਕੋਈ ਬੰਦਾ ਸਿਆਣਾ ਹੁੰਦਾ ਤੇ ਮੈਨੂੰ ਟੋਕਦਾ। ਸਿਆਣਾ ਕੋਈ ਨਹੀਂ ਸੀ ਆਪਣੇ ਪਿੱਛੇ, ਉਹ ਤੁਰਕੀ ਦੇਸ਼ ਵਿੱਚ ਘਟਨਾ ਵਾਪਰੀ ਸੀ ਨਾ, ਇੱਕ ਭੇਡ ਨਾ ਤੁਰਕ ਦੇਸ਼ ਵਿੱਚ ਉੱਤੋਂ ਉਹਦਾ ਪੈਰ ਸਲਿੱਪ ਕਰ ਗਿਆ, ਪੈਰ ਤਿਲ ਗਿਆ ਤੇ ਵਿਚਾਰੀ ਡਿੱਗ ਪਈ। ਮਗਰਲੀਆਂ ਭੇਡਾਂ ਨੇ ਉੱਦਾਂ ਹੀ ਛਾਲ ਮਾਰਤੀ ਵੀ ਸ਼ਾਇਦ ਥੱਲੇ ਪੱਠੇ ਖਾਣ ਲਈ ਵਧੀਆ ਹੋਣੇ ਨੇ। ਸਾਡੇ ਹਿੰਦੂ ਦਾ ਇੱਕ ਬੰਦੇ ਦੀ ਜੇ ਪ੍ਰੋਬਲਮ ਹੁੰਦੀ ਉਹਦੇ ਮਜਬੂਰੀ ਵੱਜ ਜਾਂਦਾ ਕਿਸੇ ਬਾਬੇ ਕੋਲ, ਬਾਕੀ ਉੱਦਾਂ ਹੀ ਭੇਡਾਂ ਛਾਲਾਂ ਮਾਰ ਦਿੰਦੀਆਂ। ਮਾਫ ਕਰਨਾ, ਕਲੀਅਰ ਜੀ ਭਾਸ਼ਾ ਬੋਲਣਾ ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਸਿੱਖ ਤਿਆਰ ਕਰਦਾ ਸਿੱਖ, ਤੇ ਬਾਕੀ ਬਹੁਤਿਆਂ ਨੇ ਤੇ ਆਪਣੇ ਆਪਣੇ ਵਾੜੇ ਦੀਆਂ ਭੇਡਾਂ ਹੀ ਬਣਾਇਆ ਹੋਇਆ ਹੈ, ਉਹਨਾਂ ਨੂੰ ਤੇ ਆਪਣੀਆਂ ਭੇਡਾਂ ਦੀ ਚਿੰਤਾ ਵੀ। ਕਿਸੇ ਨੇ ਕਿਹਾ ਮੇਰੀਆਂ ਭੇਡਾਂ ਘੱਟ ਗਈਆਂ, ਉਹਦੀਆਂ ਵੱਧ ਗਈਆਂ। ਆਹ ਰਾਜਸਥਾਨ 'ਚੋਂ ਭੇਡਾਂ ਚਾਰਨ ਵਾਲੇ ਪੰਜਾਬ ਆਉਂਦੇ ਹੁੰਦੇ ਨੇ, 200 ਕੇ ਭੇਡ ਕਿਸੇ ਦੀ, 400 ਭੇਡ। ਉਹ ਭੇਡੂਆਂ ਦੇ ਉੱਤੇ ਨਾ ਉਹ ਰੰਗ ਲਾ ਲੈਂਦੇ, ਹਰੇ ਰੰਗ ਦਾ, ਹਰੇ ਰੰਗ ਦੀਆਂ 200 ਭੇਡਾਂ ਮੇਰੀਆਂ, ਲਾਲ ਰੰਗ ਦੀਆਂ ਤੇਰੀਆਂ 300। ਵੀ ਉਹ ਸਾਰਾ ਦਿਨ ਚੁਗਦੀਆਂ ਇਕੱਠਾ ਹੀ ਨੇ, ਸ਼ਾਮਾਂ ਨੂੰ ਵੱਖਰਾ ਵੱਖਰਾ ਕਰ ਲੈਂਦੀਆਂ ਵੀ ਆਹ ਭੇਡਾਂ ਮੇਰੀਆਂ, ਉਹ ਭੇਡਾਂ ਤੇਰੀਆਂ। ਇੱਦਾਂ ਹੀ ਬਹੁਤਿਆਂ ਨੇ ਆਪਣੀਆਂ ਆਪਣੀਆਂ ਭੇਡਾਂ ਬਣਾਈਆਂ ਹੋਈਆਂ ਵੀ ਆਹ ਸੰਗਤ ਸਾਡੀ ਹੈ, ਆਹ ਸੰਗਤ ਤੁਹਾਡੀ ਹੈ। ਸੰਗਤ ਨਹੀਂ ਅਸਲ ਵਿੱਚ, ਸੰਗਤ ਸਾਂਝੀ ਹੁੰਦੀ ਹੈ। ਜਿਹੜਾ ਕਹੇ ਅਸਲ 'ਚ ਭੇਡਾਂ ਨੇ ਵੀ ਇਹ ਮੇਰੇ ਵਾੜੇ ਦੀਆਂ ਭੇਡਾਂ, ਇਹ ਤੇਰੇ ਵਾੜੇ ਦੀਆਂ ਭੇਡਾਂ, ਤੇ ਯਾਦ ਰੱਖਣਾ ਸਾਧ ਸੰਗਤ ਭੇਡਾਂ ਚਾਰਨ ਵਾਲੇ ਇਸ ਦੇਸ਼ ਵਿੱਚ ਬੜੇ ਨੇ। ਆਸਾਰਾਮ ਇੱਕ ਫੜਿਆ ਗਿਆ, ਪੁੱਤਾਂ ਨੂੰ ਕਿੰਨੇ ਭੇਡਾਂ ਚਾਰਨ ਵਾਲੇ ਬੈਠੇ ਹੋਏ ਨੇ ਇੱਥੇ, ਤੇ ਭੇਡਾਂ ਅਜੇ ਵੀ ਤੁਰੀਆਂ ਜਾ ਰਹੀਆਂ ਨੇ, ਵਾੜੇ ਭਰੇ ਪਏ ਨੇ। ਪੰਜਾਬ ਦੇ ਲਈ ਤਾਂ ਖੁਸ਼ ਹੋ ਕੇ ਨਾ, 50,000 ਤੋਂ ਵੱਧ ਭੇਡਾਂ ਦਾ ਵਾੜਾ ਹੈ, ਭੇਡਾਂ ਚਲਾਉਣ ਵਾਲੇ ਨੇ ਭੇਡਾਂ ਨੂੰ। ਵੈਸੇ ਬੜੀ ਕੀਮਤੀ ਗੱਲ ਕਹੀ ਸੀ ਬਾਬੇ ਕਬੀਰ ਨੇ, ਹਮ ਗੋਰੂ ਤੁਮ ਗੁਆਰ ਗੁਸਾਈ, ਅਸੀਂ ਤੇਰੀਆਂ ਗਾਵਾਂ ਤੇ ਤੂੰ ਸਾਡਾ ਗਵਾਲਾ। ਹਮ ਗੋਰੂ ਤੁਮ ਗੁਆਰ ਗੁਸਾਈ, ਜਨਮ ਜਨਮ ਰਖਵਾਰੇ, ਤੂੰ ਜਨਮਾਂ ਜਨਮਾਂ ਦਾ ਸਾਡਾ ਰਖਵਾਲਾ ਬਣਿਆ। ਪਰ ਕਬੂ ਨਾ ਭਾਰ ਉਤਾਰ ਚਰਾਇਓ, ਹੁਣ ਗਵਾਲਾ ਗਾਵਾਂ ਨੂੰ ਲੈ ਹੀ ਉੱਤੇ ਜਾਵੇ ਜਿੱਥੇ ਖਾਣ ਦੀ ਤਲੇ ਹੋਵੇ ਕੁਝ ਨਾ, ਤੇ ਗਾਵਾਂ ਵਿਚਾਰੀਆਂ ਖਾਣਗੀਆਂ ਕੀ ਭਲਾ। ਇੱਥੇ ਗਾਵਾਂ ਦਾ ਮੀਨਿੰਗ ਆਪਾਂ, ਗਵਾਲੇ ਕੌਣ ਹੈ ਜਿਹੜੇ ਸਾਡੇ ਸਿਰ ਤੇ ਬੈਠੇ ਨੇ, ਸਾਨੂੰ ਖੁਰਾਕ ਨਹੀਂ ਦਿੰਦੇ, ਵਿਚਾਰਾਂ ਨਹੀਂ ਦਿੰਦੇ, ਕੰਮ ਬੜਾ ਲੈਂਦੇ ਸਾਡੇ ਕੋਲੋਂ। ਜੇ ਸਾਨੂੰ ਗੁਰੂ ਦਾ ਗਿਆਨ ਦਿੱਤਾ ਹੁੰਦਾ, ਜਿਹੜੀ ਹਾਲਤ ਅੱਜ ਸਾਡੇ ਸਮਾਜ ਦੀ ਬਣੀ ਪਈ ਹੈ, ਇੱਦਾਂ ਹੋਣੀ ਸੀ ਭਲਾ। ਸਰਕਾਰ ਕੋਈ ਵੀ ਹੋਵੇ, ਸਾਧ ਸੰਗਤ
ਮੈਂ ਤੇ ਮੋਟਾ ਜਿਹਾ ਅੰਦਾਜ਼ਾ ਲਾਉਂਦਾ ਨਾ, ਇੱਕ ਨੰਬਰ ਦੀ ਕਮਾਈ ਸਰਕਾਰਾਂ ਨੂੰ ਸ਼ਰਾਬ ਦੀ ਹੈ, ਇੱਕ ਨੰਬਰ ਦੀ ਕਮਾਈ, ਇੱਕ ਨੰਬਰ ਦੀ ਕਮਾਈ। ਅੱਛਾ ਇੱਕ ਉਦਾਹਰਨ ਹੋਰ ਵੇਖੋ ਗੱਡੀ ਪਿਆਰੀ, ਕਰਿਆਨੇ ਵਾਲਾ ਸਵੇਰੇ ਕਿੰਨੇ ਵੇਲੇ ਦੁਕਾਨ ਖੋਲਦਾ ਭਲਾ? ਸੁਭਾਵਕ ਹੈ ਵੀ 7-8 ਵਜੇ ਦੁਕਾਨ ਖੋਲਦਾ ਕਰਿਆਨੇ ਵਾਲਾ, 7-8 ਵਜੇ ਦੁਕਾਨ ਖੋਲਦਾ। ਲਿਮਿਟ ਹੈ ਵੀ ਇੰਨੇ ਵਜੇ ਦੁਕਾਨ ਖੋਲਣੀ, ਇੰਨੇ ਵਜੇ ਉਹਨੇ ਬੰਦ ਕਰ ਦੇਣੀ ਹੈ। ਹਾਰਡਵੇਅਰ ਵਾਲਾ, ਕੱਪੜੇ ਵਾਲਾ, ਸਾਰੀਆਂ ਦੁਕਾਨ ਦੀ ਲਿਮਿਟ ਹੈ ਇੰਨੇ ਵਜੇ ਖੋਲਣੀ, ਇੰਨੇ ਵਜੇ ਬੰਦ ਕਰਨੀ ਹੈ। ਭਲਾ ਸਭ ਤੋਂ ਪਹਿਲਾਂ ਦੁਕਾਨ ਕਿਹੜੀ ਖੋਲਦੀ ਹੈ? ਪਤਾ ਹੈ ਜੀ, ਮੈਂ ਦੱਸ ਦਿੰਦਾ, ਸ਼ਰਾਬ ਦੀ। ਸਭ ਤੋਂ ਪਹਿਲਾਂ ਅਸੀਂ ਪਰਸੋਂ ਲੁਧਿਆਣੇ ਚੱਲੇ, ਵੀਰ ਗੁਰਜੀਤ ਸਿੰਘ ਜਦੋਂ ਮੇਰੇ ਨਾਲ ਸੀ ਤੇ ਅਸੀਂ, ਮੇਰੇ ਖਿਆਲ 6 ਵਜੇ ਹੋਣੇ ਉਦੋਂ, ਸਾਰੀਆਂ ਮਾਰਕੀਟਾਂ ਬੰਦ, ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹੀਆਂ ਤੇ ਝਾੜੂ ਫਿਰ ਰਹੇ ਹੈਗੇ ਵੀ ਗਾਹਕ ਆ ਰਹੇ ਨੇ। ਵਾਹ 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 ਵਾਹ, ਮੰਦਰਾਂ ਵਿੱਚ ਵੀ ਰਸ਼ ਹੋਣਾ, ਗੁਰਦੁਆਰਿਆਂ 'ਚ ਵੀ ਰਸ਼ ਹੋਣਾ, ਮਸਜਿਦਾਂ ਵਿੱਚ ਵੀ ਰਸ਼ ਹੋਣਾ, ਤੇ ਉਹ ਵੀ ਆਪਣੇ ਗਾਹਕ ਉਡੀਕਣ ਦਾ। ਅੱਛਾ ਤੜਕੇ ਤੜਕੇ, ਅਜੇ ਕੋਈ ਆਟੇ ਵਾਲਾ ਆਵੇ, ਦੁੱਧ ਵਾਲਾ, ਕੋਈ ਕੋਈ ਡੇਅਰੀ ਵਾਲਾ ਖੋਲ੍ਹ ਕੇ ਬੈਠਾ ਹੋਵੇ, ਤਾਂ ਦੁੱਧ ਲੈਣ ਆਉਣਾ, ਕਿਸੇ ਨੇ ਚਾਹ ਬਣਾਉਣੀ ਹੈ, ਡੇਅਰੀਆਂ ਨਹੀਂ ਖੁੱਲ੍ਹੀਆਂ ਉਸ ਵੇਲੇ ਦੇ, ਕਰਿਆਨੇ ਵਾਲੇ ਨੇ ਦੁਕਾਨ ਨਹੀਂ ਖੋਲ੍ਹੀ। ਅਤੇ ਕਮਾਲ ਦੀ ਗੱਲ ਹੈ, ਕਮਾਈ ਹੋਣੀ ਚਾਹੀਦੀ ਸੀ ਆਟਾ, ਦਾਲ, ਚੌਲ, ਗੁੜ, ਘਿਓ, ਸ਼ੱਕਰ, ਇਹਨਾਂ ਦੀ। ਇੱਕ ਨੰਬਰ ਦੀ ਕਮਾਈ ਨਸ਼ੇ ਦੀ ਹੈ, ਅਤੇ ਨਸ਼ਾ ਤਾਂ ਸਾਰੇ ਲੋਕ ਨਹੀਂ ਪੀਂਦੇ, ਸਾਰੇ ਲੋਕ ਤਾਂ ਨਸ਼ਾ ਨਹੀਂ ਪੀਂਦੇ, ਸਾਰੇ ਲੋਕ ਸ਼ਰਾਬ ਤਾਂ ਨਹੀਂ ਪੀਂਦੇ, ਬੜੇ ਘਰ ਸ਼ਰਾਬ ਤੋਂ ਰਹਿਤ ਨੇ, ਪਰ ਅੰਦਾਜ਼ਾ ਲਓ ਕਿੰਨੀ ਪੀਤੀ ਜਾਂਦੀ ਹੋਵੇਗੀ ਇਹਦੀ ਕਮਾਈ। ਇੱਕ ਨੰਬਰ ਦੀ ਹੈ, ਸਭ ਤੋਂ ਮੋਟੀ ਕਮਾਈ ਨਸ਼ੇ ਦੀ ਹੈ, ਸਭ ਤੋਂ ਮੋਟੀ ਕਮਾਈ, ਅੰਦਾਜ਼ਾ ਤੁਸੀਂ ਆਪ ਲਾ ਲਓ, ਸਭ ਤੋਂ ਇੱਕ ਨੰਬਰ ਦੀ ਕਮਾਈ ਹੈ, ਅਤੇ ਸਾਰੇ ਅਤੇ ਇਹਨੂੰ ਪੀਂਦਾ ਕੌਣ ਹੈ? ਅੱਛਾ ਵੇਖੋ ਕਮਾਲ ਦੀ ਗੱਲ, ਜੂਸ ਲੈਣ ਜਾਓ ਨਾ ਤੁਸੀਂ, ਉਹਦੇ ਬਾਹਰ ਲਿਖਿਆ ਹੁੰਦਾ ਇਹ 'ਚ ਐਨਰਜੀ 90% ਹੈ, ਇਹ 'ਚ ਸ਼ੂਗਰ 90% ਹੈ, ਸਿਹਤ ਵਾਸਤੇ ਕਿੰਨਾ ਫਾਇਦਾ ਹੈ। ਜੂਸ ਬਾਰ ਤਾਰੀਫ ਕਰੇਗਾ ਤਾਂ ਹਰ ਬੰਦਾ, ਵੇਚਣ ਵਾਲਾ ਤਾਰੀਫ ਕਰਦਾ, ਤੁਸੀਂ LCD, LED, ਫਰਿੱਜ, TV, ਕੂਲਰ, AC, ਗੱਡੀ, ਜਿਹੜੀ ਚੀਜ਼ ਲੈਣ ਜਾਓਗੇ ਨਾ ਉਹਦੀ ਉਹ ਤਾਰੀਫ ਕਰੇ, ਮੱਝ ਲੈਣ ਜਾਣੀ ਉਹਦਾ ਤਾਰੀਫ ਕਰਦਾ ਇੰਨਾ ਦੁੱਧ ਦਿੰਦੀ ਹੈ, ਟਰੈਕਟਰ ਲੈਣ ਜਾਣਾ, ਗੱਡੀ ਲੈਣ ਜਾਣਾ ਐਵਰੇਜ ਦੱਸਦਾ। ਤੁਸੀਂ ਕਿਸੇ ਏਜੰਸੀ ਜਾਓ ਨਾ, ਬੰਦੇ ਰੱਖੇ ਹੁੰਦੇ ਨੇ ਗੱਡੀ ਦੀਆਂ ਖਾਸੀਅਤਾਂ ਦੱਸਣ ਵਾਸਤੇ, ਹਰ ਇੱਕ ਬੰਦਾ ਤਾਰੀਫ ਕਰਦਾ ਤਾਂ ਚੀਜ਼ ਲੈ ਕੇ ਆਉਂਦਾ। ਸ਼ਰਾਬ ਵੇਚਣ ਵਾਲੇ ਇੰਨੇ ਇਮਾਨਦਾਰ ਨੇ, ਉਹ ਲਿਖ ਦਿੰਦੇ ਸਿਹਤ ਲਈ, ਬਿਲੋ ਭੈਣਾਂ ਨੂੰ ਪਤਾ ਜੀ, ਮਹਿੰਗਾ ਬੋਲਦੇ ਆ, ਸਿਹਤ ਲਈ ਹਾਨੀਕਾਰਕ ਹੈ, ਸਿਹਤ ਲਈ ਮਾੜੀ ਹੈ ਨਾ। ਅੱਛਾ ਸਿਹਤ ਲਈ ਮਾੜੀ ਹੋਣ ਦੇ ਬਾਵਜੂਦ ਵੀ ਇਹਨੂੰ ਪੀਂਦਾ ਕੌਣ ਹੈ? ਨਾ ਮੱਝ ਪੀਂਦੀ ਹੈ, ਮੱਝ ਪੀਂਦੀ ਹੈ, ਕੋਈ ਜਾਨਵਰ ਨਹੀਂ ਪੀਂਦਾ। ਤੇ ਸਾਡੇ ਸਿੱਖ ਪਰਿਵਾਰਾਂ ਦੇ ਆਨੰਦ ਕਾਰਜ 1% ਹੋਏਗਾ ਜਿਹੜਾ ਇਸ ਤੋਂ ਬਿਨਾਂ ਹੁੰਦੇ ਹੋਣਗੇ, ਇਸ ਤੋਂ ਬਿਨਾਂ। ਸਰੂਪ ਵੀ ਗੁਰਦੁਆਰੇ ਘਰ ਲਿਆਉਣਾ, ਗੁਰਦੁਆਰੇ ਸਰੂਪ ਵੀ, ਗੁਰਦੁਆਰੇ ਮਹਾਰਾਜ ਸਰੂਪ ਵੀ ਲੈ ਕੇ ਆਉਣਾ, ਤੇ ਮਹਾਰਾਜ ਦਾ ਸਰੂਪ ਅਜੇ ਗੁਰਦੁਆਰੇ ਜਾਣਾ ਨਹੀਂ। ਅੱਛਾ 5 ਮਿੰਟ ਪਹਿਲਾਂ ਭਾਈ ਸਾਹਿਬ ਦੇ ਕੋਲੋਂ ਅਰਦਾਸ ਵੀ ਕਰਾਈ ਹੁੰਦੀ ਹੈ, ਇਹ ਪਰਸੋਂ ਰੋਜ ਤੋਂ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੱਤ ਮਟਾਈ ਦੇ ਮਾਂ ਵਾਕਾਂ ਅਨੁਸਾਰ ਗੁਰਬਾਣੀ ਦਾ ਪ੍ਰਵਾਹ ਚੱਲਿਆ, ਤੇ ਨਾਲ ਨਾਲ ਇਹ ਵੀ ਵਿੱਚ ਕਹਿ ਦੇਣਾ ਚਾਹੀਦਾ ਕਿ ਮਹਾਰਾਜ ਦਾ ਪਰਸੋਂ ਦਾ ਪ੍ਰਵਾਹ ਚੱਲਿਆ, ਵੇਖਿਓ ਕਿਵੇਂ ਸਾਫ ਕਰਦੇ ਹੋਣੇ, ਇਹਨਾਂ ਨਾਲ ਨਾਲ ਹੁੰਜਾ ਫਿਰਦੇ ਹੋਣੇ। ਮਹਾਰਾਜ ਜਿਹੜਾ ਪਰਸੋਂ ਤੋਂ ਘਰ ਪਵਿੱਤਰ ਕੀਤਾ ਨਾ, ਭੈਣਾਂ ਨੇ ਤੇ ਰੋਟੀ ਖਾ ਲੈਣੀ ਹੈ, ਵੀਰਾਂ ਵਾਸਤੇ ਵੱਖਰਾ ਪ੍ਰਬੰਧ ਕੀਤਾ ਹੋਇਆ, ਉਹਨਾਂ ਵਾਸਤੇ ਖਾਣ ਪੀਣ ਦੇ ਪ੍ਰਬੰਧ ਵੱਖਰੇ ਕੀਤੇ ਹੋਏ, ਅੰਦਾਜ਼ਾ ਤੁਸੀਂ ਆਪ ਲਾ ਕੇ ਵੇਖ ਲਓ। ਪਾਤਸ਼ਾਹ ਨੇ ਸਾਨੂੰ ਜਿਸ ਦਲਦਲ 'ਚੋਂ ਬਾਹਰ ਕੱਢਿਆ ਸੀ, ਅੱਜ ਫਿਰ ਉਸ ਦਲਦਲ ਦੇ ਵਿੱਚ ਆਣ ਕੇ ਪੈ ਗਏ। ਨਸ਼ੇ ਅੱਜ ਇੰਨੇ ਸਾਡੇ ਸਮਾਜ ਵਿੱਚ ਨੇ, ਤਿੰਨਾਂ ਨੂੰ ਪੰਜਾਬ ਦੀ ਤਾਂ ਹਾਲਤ ਹੈ, ਜੰਮੂ ਬਾਰੇ ਮੈਨੂੰ ਜ਼ਿਆਦਾ ਨੌਲੇਜ ਨਹੀਂ, ਇਹਦੇ ਬਾਰੇ ਤੁਹਾਨੂੰ ਪਤਾ ਹੋਵੇਗਾ, ਵੈਸੇ ਵੈਸੇ ਗਵਾਂਢੀ ਸਟੇਟ ਹੈ, ਥੋੜ੍ਹਾ ਹੀ ਫਰਕ ਹੋਏਗਾ 19-21 ਦਾ। 80% ਨੌਜਵਾਨ ਆਪਣੇ ਪੈਰਾਂ 'ਤੇ ਤੁਰਨ ਜੋਗਾ ਨਹੀਂ ਰਿਹਾ ਪੰਜਾਬ ਦਾ, ਅਸੀਂ ਰੋਜ਼ ਪਿੰਡਾਂ ਵਿੱਚ ਸਮਾਗਮ ਕਰਦੇ ਹਾਂ, 80% ਆਪਣੇ ਪੈਰਾਂ 'ਤੇ। ਹੁਣ ਤੁਸੀਂ ਸਵਾਲ ਕਰੋਗੇ ਫਿਰ ਉਹ ਕਿਹਦੇ ਪੈਰਾਂ ਤੁਰਦਾ? ਸਮੈਕ ਦੇ, ਸ਼ਰਾਬ ਦੇ,
ਇੰਜੈਕਸ਼ਨ ਲਾਉਂਦਾ ਹੈ, ਜਿਹੜੀਆਂ ਮੱਝਾਂ ਨੂੰ ਟੀਕੇ ਲੱਗਦੇ ਉਹ ਵੀ ਸਿੱਧੇ ਪੀਤੇ ਜਾਂਦੇ ਨੇ। ਪਿੰਡ ਟੌੜਾ ਸੁਣਿਆ ਹੋਏਗਾ, ਪਿੰਡ ਟੌੜਾ ਗੁਰਚਰਨ ਸਿੰਘ ਟੌੜੇ ਦਾ ਪਿੰਡ। ਉੱਥੋਂ ਦਾ ਇੱਕ ਨੌਜਵਾਨ ਸੀ, ਨਸ਼ਾ ਛਡਾਊ ਕੇਂਦਰ ਵਿੱਚ ਮੈਨੂੰ ਕਲਾਸ ਲਾਉਣ ਦਾ ਮੌਕਾ ਬਣਿਆ। ਕੋਈ ਨਾਲ ਉਹਦੀ ਸਾਬਤ ਨਹੀਂ ਸੀ, 3 ਮਹੀਨੇ ਹੋਏ ਉਹਦੇ ਵਿਆਹ ਨੂੰ, ਕੋਈ ਨਾਲ ਸਾਬਤ ਨਹੀਂ ਸੀ ਜਿਹਦੇ ਵਿੱਚ ਉਹਨੇ ਸਿੰਜਾ ਲਾ ਲਾ ਕੇ ਆਪਣੀ ਨਾਲ ਨੂੰ ਵਿੰਨਿਆ ਨਾ ਹੋ। 3 ਮਹੀਨੇ ਹੋਏ ਵਿਆਹ ਨੂੰ ਤੇ ਟੌੜੇ ਪਿੰਡ ਦਾ ਨੌਜਵਾਨ ਸੀ ਤੇ ਨਸ਼ਾ ਛੱਡਣ ਵਾਸਤੇ ਆਇਆ। ਮੈਂ ਕਿਹਾ ਹੁਣ ਛੱਡਣ ਕਿਉਂ ਆਇਆ? ਕਹਿੰਦਾ ਬਸ ਤੁਰਿਆ ਹੀ ਨਹੀਂ ਜਾ ਰਿਹਾ, 3 ਮਹੀਨੇ ਹੋਏ ਵਿਆਹ ਨੂੰ। ਇੱਕ ਮੈਂ ਬੇਨਤੀ ਹੋਰ ਕਰਾਂ, ਮੇਰੀਆਂ ਭੈਣਾਂ ਬੈਠੀਆਂ ਨੇ, ਮਾਤਾਵਾਂ ਬੈਠੀਆਂ, ਤੁਸੀਂ ਗੁਰਸਿੱਖ ਵੀਰ ਬੈਠੇ ਹੋ, ਇਸ ਵਕਤ ਕਿਸੇ ਵੀ ਬੱਸ ਸਟੈਂਡ ਤੇ ਚਲੇ ਜਾਓ, ਸਾਹਮਣੇ ਲਿਖਿਆ ਹੁੰਦਾ ਬੇ ਔਲਾਦ ਜੋੜੇ ਸਾਨੂੰ ਆਣ ਕੇ ਮਿਲੋ, ਮਰਦਾਨਾ ਤਾਕਤ 7 ਦਿਨਾਂ ਚ ਹਾਸਲ ਕਰੋ। ਹੱਦ ਹੋ ਗਈ, ਇਥੋਂ ਦੇ ਗੱਭਰੂ ਕਿਸਮ ਦੀ ਲੋੜ ਸੀ ਜਾਂ ਦੁੱਧ ਮਲਾਈਆਂ ਤੇ ਘਿਓ ਨਾ ਪਾਉਣ ਵਾਲਾ ਸੀ। ਇਹਦਾ ਅਰਥ ਤੁਹਾਨੂੰ ਅੰਦਰੋਂ ਇੰਨੇ ਕਿ ਡੈਡ ਕਰ ਚੁੱਕੇ ਨੇ, ਤੁਸੀਂ ਆਪਣੇ ਵੰਸ਼ ਚਲਾਉਣ ਜੋਗੇ ਵੀ ਹੁੰਦੇ। ਇਹਨੂੰ ਹਜ਼ਮ ਕਰਨਾ ਪੈਣਾ ਸੱਚਾਈ ਨੂੰ। ਗੁਰਦੁਆਰਿਆਂ 'ਚ ਗੱਲਾਂ ਹੁੰਦੀਆਂ ਨੇ, ਪਰ ਮੈਂ ਕਹਿ ਦਿੰਦਾ ਅੱਜ ਇੰਨਾ ਸਾਨੂੰ ਅੰਦਰੋਂ ਕਮਜ਼ੋਰ ਕਰਦਾ ਕਿ ਸਾਨੂੰ ਮਾਰਤਾ। ਚਾਣਕੀਆ ਨੀਤੀ ਹੈ, ਚਾਣਕੀਆ ਸੀ ਨਾ, ਯੂਨੀਵਰਸਿਟੀ ਪੜ੍ਹਾਉਣ ਜਾ ਰਹੇ ਸੀ, ਉਹਦੀ ਧੋਤੀ ਵਾਲੀ ਵੀ ਝਾੜੀ ਦੇ ਨਾਲ ਤੇ ਨਾਲ ਜਿਹੜਾ ਤੁਰਿਆ ਜਾ ਰਿਹਾ ਸੀ, ਉਹਨੇ ਆਖਿਆ ਚਾਣਕੀ ਨੇ ਨਾ ਇਸ ਝਾੜੀ ਨੂੰ ਗੁੱਸੇ ਜਾਣ ਕੇ ਤੋੜ ਦੇਣਾ। ਪਰ ਨਹੀਂ, ਚਾਣਕੀਆ ਨੇ ਇੰਜ ਨਹੀਂ ਕੀਤਾ ਜਿਹਨੂੰ ਆਪਾਂ ਚਾਣਕੀਆ ਨੀਤੀ ਕਹਿੰਦੇ। ਉਹਨੇ ਕੀ ਕੀਤਾ, ਇੱਕ ਬਰਤਨ ਲਿਆ, ਬੜੇ ਪਿਆਰੇ ਤਰੀਕੇ ਨਾਲ ਉਸ ਝਾੜੀ ਚੋਂ ਆਪਣੀ ਧੋਤੀ ਨੂੰ ਕੱਢਿਆ ਤੇ ਚਲਾ ਗਿਆ। ਇੱਕ ਬਰਤਨ ਲੈ ਕੇ ਝਾੜੀ ਦੀਆਂ ਜੜ੍ਹਾਂ 'ਚ ਪਾਇਆ ਪਾਣੀ, 2-3 ਦਿਨ ਪਾਣੀ ਪਾਉਂਦਾ ਰਿਹਾ, ਪਾਣੀ ਪਾਉਂਦਾ ਰਿਹਾ, ਨਾਲੇ ਮਾੜਾ ਜਿਹਾ ਹਿਲਾ ਜਾਣਾ, 6-7 ਦਿਨ ਪਾਣੀ ਪਾਇਆ, ਜੜ੍ਹਾਂ 'ਚ ਪੁੱਟ ਕੇ ਬਾਹਰ ਰੱਖ ਦਿੱਤਾ। ਨਾਲ ਦਾ ਬੰਦਾ ਸਵਾਲ ਕਰਦਾ, ਕਹਿੰਦੇ ਚਾਣਕੀਆ ਇਹ ਕੀ, ਜੇ ਪਾਣੀ ਪਾਉਣਾ ਸੀ, ਜੇ ਪੁੱਟਣਾ ਸੀ, ਪਾਣੀ ਕਿਉਂ ਪਾਇਆ? ਕਹਿੰਦੇ ਬਸ ਇਹੋ ਫਰਕ ਹੈ ਤੇਰੇ ਤੇ ਮੇਰੇ 'ਚ, ਜੇ ਮੈਂ ਜਲਦਬਾਜ਼ੀ ਕਰਕੇ ਉਦੋਂ ਮੈਨੂੰ ਪੁੱਟਦਾ ਨਾ, ਇਹ ਉੱਤੋਂ ਟੁੱਟ ਜਾਣਾ ਸੀ, ਜੜ੍ਹਾਂ ਮਜ਼ਬੂਤ ਰਹਿਣੀਆਂ ਸੀ ਥੱਲੇ, ਫਿਰ ਇਹਨੇ ਪੁੰਗਰ ਜਾਣਾ ਸੀ। ਮੈਂ ਪਹਿਲਾਂ ਦੀਆਂ ਜੜ੍ਹਾਂ 'ਚ ਪਾਣੀ ਪਾਇਆ, ਕੋਲਾ ਕੀਤਾ ਤਾਂ ਕਿ ਦੁਬਾਰਾ ਇੱਥੇ ਉੱਗ ਨਾ ਸਕੇ। ਦੁਸ਼ਮਣ ਬੜਾ ਚਲਾਕ ਹੈ, ਉਹਨੇ ਆਖਿਆ ਇਹਨਾਂ 'ਤੇ ਮੈਂ ਟੈਂਕ ਵੀ ਚੜਾਏ, ਤੋਪਾਂ ਬੀੜੀਆਂ, ਇਹਨਾਂ ਨੂੰ ਆੜਿਆਂ ਨਾਲ ਚੀਰਿਆ, ਬੰਦ ਬੰਦ ਕੱਟੇ, ਖੋਪਰ ਲਾਏ, ਫਿਰ ਉਂਗਰ ਆਏ। ਉਹਨੇ ਆਖਿਆ ਹੁਣ ਇੰਝ ਕਰੋ, ਇਹਨਾਂ ਦੀਆਂ ਜੜ੍ਹਾਂ ਹੀ ਖੁਖਲੀਆਂ ਕਰ ਦਿਓ। ਇਹ ਔਲਾਦ ਨਾ ਹੋਵੇ ਤੇ ਇੱਕੋ ਹੀ ਦੁੱਖ ਹੈ, ਬਾਪ ਦੇ ਘਰ ਔਲਾਦ ਹੋਵੇ ਪਰ ਬਾਪ ਔਲਾਦ ਤੇ ਮਾਣ ਕਰਨ ਜੋਗਾ ਨਾ ਰਹੇ, ਇੱਦਾਂ ਦੀ ਔਲਾਦ ਪੈਦਾ ਕਰਦੇ ਉਹਨਾਂ ਦੀ। ਪੁੱਤ ਨਸ਼ਾ ਕਰਦਾ ਹੋਵੇ, ਬਾਪ ਮਾਣ ਕਰਦਾ ਇਹ ਮੇਰਾ ਪੁੱਤ ਹੈ, ਦੁਸ਼ਮਣ ਵੇਖੋ ਕਿੰਨਾ ਚਲਾਕ ਹੈ। ਉਹਨੇ ਆਖਿਆ ਜੇ ਭੈਣ ਘਰ ਔਲਾਦ ਨਹੀਂ ਹੋਏਗੀ ਤੇ ਇੱਕ ਦੁੱਖ ਹੋਏਗਾ, ਬਾਪ ਦੇ ਘਰ ਔਲਾਦ ਨਹੀਂ ਹੋਏਗੀ ਤੇ ਇੱਕ ਦੁੱਖ ਹੋਏਗਾ, ਇਹਨਾਂ ਨੂੰ ਔਲਾਦ ਵੀ ਦਿਓ, ਇਹਨਾਂ ਘਰ ਪੁੱਤਰ ਵੀ ਹੋਣ, ਇਹਨਾਂ ਘਰ ਸਭ ਕੁਝ ਹੋਵੇ ਪਰ ਆਪਣੇ ਪੁੱਤਰਾਂ ਦੇ ਮਾਣ ਕਰਨ ਜੋਗੇ ਨਾ ਰਹਿਣ, ਇਹਨਾਂ ਨੂੰ ਅੰਦਰੋਂ ਇੰਨਾ ਖੋਖਲਾ ਕਰ ਦਿਓ, ਇਹਨਾਂ ਕੰਮ ਨੂੰ ਡੈਡ ਕਰ ਦਿਓ। ਤੇ ਸੁੱਟਿਆ ਜਾ ਰਿਹਾ ਵਾਇਰਸ ਅੰਦਰ, ਲੈਪਟਾਪ ਹੁੰਦਾ ਹੈ ਨਾ, ਆਪਣੇ ਤਰੀਕੇ ਨਾਲ ਤੁਰਿਆ ਜਾਂਦਾ, ਜਿੱਧਰੋਂ ਵਾਇਰਸ ਆਉਂਦਾ ਹੈ ਨਾ, ਸਾਰੀਆਂ ਫਾਈਲਾਂ, ਕਈ ਵਾਰੀ ਤਾਂ ਵਿੱਚ ਮਟੀਰੀਅਲ ਜਿਹੜਾ ਅੰਦਰ ਸੇਵ ਕੀਤਾ ਹੁੰਦਾ ਸਾਰਾ ਖਤਮ ਹੋ ਜਾਂਦਾ ਹੈ ਜਦੋਂ ਅੰਦਰ ਵਾਇਰਸ ਆਉਂਦਾ ਹੈ। ਮੋਬਾਈਲ 'ਚ ਵੀ ਆ ਜਾਏ ਤਾਂ ਕਈ ਵਾਰੀ ਪਟਕਾ ਕੇ ਮਾਰਨਾ ਪੈਂਦਾ, ਬੈਟਰੀ ਬਾਹਰ ਕੱਢ ਕੇ ਫਿਰ ਦੁਬਾਰਾ ਚਲਾਉਣਾ ਪੈਂਦਾ, ਵਾਇਰਸ ਆ ਗਿਆ ਸਾਡੇ ਅੰਦਰ, ਕਾਹਦਾ? ਨਸ਼ਿਆਂ ਦਾ। ਅਜੇ ਵਾਇਰਸ ਆ ਗਿਆ, ਅੰਦਰੋਂ ਡੈਡ ਕਰ ਦਿੱਤਾ, ਜਦੋਂ ਤੱਕ ਨੌਜਵਾਨ ਤੁਰਨ ਜੋਗਾ ਉਦੋਂ ਤੱਕ ਖੋਖਲਾ ਹੋ ਜਾਂਦਾ, ਖਤਮ ਹੋ ਜਾਂਦਾ ਹੈ। ਦੋਸ਼ ਦਿੰਦੇ ਅਸੀਂ ਆਪਣੀਆਂ ਧੀਆਂ ਨੂੰ, ਇਹਨਾਂ ਨੂੰ ਦੂਜੀ ਮਤਾਂ ਦੇ ਲੜਕੇ ਕਿਉਂ ਪਸੰਦ ਨੇ? ਆਓ ਪੈਰਾਂ ਤੇ ਤੁਰਨ ਜੋਗੇ ਹੋਣੇ ਸ਼ੁਰੂ ਹੋ ਜਾਈਏ, ਨਸ਼ਿਆਂ ਤੋਂ ਬਚ ਜਾਈਏ, ਇੱਕ ਇੱਦਾਂ ਦੇ ਇਨਸਾਨ ਪੈਦਾ ਕਰ ਦਈਏ ਤਾਂ ਕਿ ਜ਼ਿੰਦਗੀ ਖੂਬਸੂਰਤ। ਜਿੱਦਣ ਅਸੀਂ ਆਪਣੀਆਂ ਧੀਆਂ ਦੇ ਸਾਹਮਣੇ ਕਿਰਦਾਰ, ਇੱਕ ਕਰੈਕਟਰ ਪੇਸ਼ ਕਰ ਦੇਵਾਂਗੇ ਨਾ, ਜੀਵਨ ਆਪਣੇ ਆਪ ਖੂਬਸੂਰਤ ਬਣ ਜਾਏਗਾ। ਮੈਂ ਇੱਕ ਉਦਾਹਰਨ ਦਿੰਦਾ ਹੁੰਦਾ, ਧਿਆਨ ਦੇ ਕੇ ਸੁਣਿਓ, ਸ਼ਾਇਦ ਗੱਲ ਹਜ਼ਮ ਹੋ ਜਾਏ। ਇਹ ਮੈਂ ਕੈਨੇਡਾ ਦੀ ਧਰਤੀ 'ਤੇ ਬੋਲੀ ਸੀ,
ਕਿ ਅੱਜ ਸਾਡੀਆਂ ਧੀਆਂ ਨੂੰ ਕਲੀਨ ਸ਼ੇਪ ਨੌਜਵਾਨ ਪਸੰਦ ਕਿਉਂ, ਇਹਦੇ ਪਿੱਛੇ ਇੱਕ ਬਿਮਾਰੀ ਹੈ ਜਿਹੜੀ ਮੈਂ ਲੱਭੀ ਹੈ। ਹੋ ਸਕਦਾ ਮੈਂ ਜ਼ਰੂਰੀ ਨਹੀਂ ਕਹਿੰਦਾ ਕਿ ਮੈਂ ਜੋ ਕਹਿ ਰਿਹਾ ਸਹੀ ਹੋਵੇ, ਪਰ ਮੇਰੀ ਇੱਕ ਆਪਣੀ ਸਰਵੇ ਰਿਪੋਰਟ ਕਹਿੰਦੀ ਜੋ ਮੈਂ ਪਰਿਵਾਰਾਂ ਵਿੱਚ ਬਹਿ ਕੇ ਵਿਚਰ ਕੇ ਵੇਖੇ ਹੈ ਕੀ ਹੈ, ਲੜਕੀ ਕਲੀਨ ਸ਼ੇਪ ਲੜਕਾ ਪਸੰਦ ਕਰਦੀ ਹੈ ਭਾਵੇਂ ਉਹ ਕਿਸੇ ਮਤ ਦਾ ਹੋਵੇ। ਹੁਣ ਤਾਂ ਅਖਬਾਰਾਂ 'ਚ ਵੀ ਆਉਂਦਾ ਹੈ ਲੜਕੀ ਨਿਵਾਸੀ ਕਨੇਡਾ ਉਹਨੂੰ ਕਲੀਨ ਸ਼ੇਪ ਸਿੱਖ ਲੜਕਾ ਚਾਹੀਦਾ। ਹੁਣ ਹੱਦ ਹੋ ਗਈ ਸਿੱਖ ਵੀ ਅਤੇ ਕਲੀਨ ਸ਼ੇਪ ਵੀ, ਮਜ਼ਾਕ ਹੈ ਨਾ, ਸਿੱਖ ਕਲੀਨ ਸ਼ੇਪ ਲੜਕਾ ਚਾਹੀਦਾ। ਇਹਦੀ ਬਿਮਾਰੀ ਦਾ ਕਾਰਨ ਲੱਭੋ, ਕਾਰਨ ਕੀ ਹੈ, ਲੜਕੀ ਘਰ 'ਚ ਪੈਦਾ ਹੋਈ, ਉਹਨੇ ਵੇਖਿਆ ਦਾਦਾ ਵੀ ਅੰਮ੍ਰਿਤਧਾਰੀ ਦਾਦੀ ਵੀ ਅੰਮ੍ਰਿਤਧਾਰੀ, ਪਰ ਦਾਦੇ ਦੀ ਦਾਦੀ ਨਾਲ ਨਹੀਂ ਬਣੀ, ਦਾਦਾ ਦਾਦੀ ਨੂੰ ਮਾਰਦਾ ਸੀ, ਲੜਾਈ ਪੈਂਦੀ ਸੀ, ਪਿਓ ਦੀ ਮਾਂ ਨਾਲ ਨਹੀਂ ਬਣੀ, ਮੇਰੇ ਸਕੇ ਭਰਾ ਦੀ ਅੰਮ੍ਰਿਤਧਾਰੀ ਸੀ ਭਰਜਾਈ ਨਾਲ ਨਹੀਂ ਬਣੀ। ਉਹਨੇ ਕਿਹਾ ਹੋ ਸਕਦਾ ਇਹਨਾਂ ਪੱਗਾਂ ਵਾਲਿਆਂ 'ਚ ਕੋਈ ਪ੍ਰੋਬਲਮ ਹੋਵੇ, ਹੋ ਸਕਦਾ ਕਲੀਨ ਸ਼ੇਪ ਇਹਨਾਂ ਨਾਲ ਕਿਤੇ ਚੰਗੇ ਹੀ ਨਾ ਹੋਣ। ਜਿਸ ਦਿਨ ਅਸੀਂ ਆਪਣੇ ਘਰਾਂ ਦੇ ਰਵੱਈਏ ਸਹੀ ਕਰ ਲਵਾਂਗੇ, ਵਾਤਾਵਰਨ ਸਾਫ਼ ਸੁਥਰਾ ਕਰ ਲਵਾਂਗੇ, ਸੋਹਣੀ ਵਿਚਾਰ ਅਸੀਂ ਆਪਣੇ ਪਰਿਵਾਰਾਂ ਵਿੱਚ ਬਣਾ ਲਵਾਂਗੇ। ਮੈਂ ਸਾਰਾ ਦਿਨ ਨਹੀਂ ਕਹਿੰਦਾ ਪਰ ਧੀਆਂ ਪਾਸੇ ਜਾਣ ਲੱਗੀਆਂ ਸੋਚਣਗੀਆਂ ਜ਼ਰੂਰ ਇੱਕ ਵਾਰ। ਅਜੇ ਸਾਡੇ ਘਰ 'ਚ ਗੰਦ ਨਹੀਂ ਪੈ ਗਿਆ, ਕਿਤੇ ਸਮੱਸਿਆ ਤਾਂ ਨਹੀਂ ਖੜੀ ਹੋ ਗਈ ਇਸ ਬਿਮਾਰੀ ਨੂੰ। ਮੈਂ ਉੱਥੇ ਗਿਆ, ਮੈਂ ਉਦਾਹਰਣ ਦੇਣ ਲੱਗਾ, ਉੜੀਸਾ ਰੌਣ ਕਿਲ੍ਹਾ, ਉੱਥੇ ਇੱਕ ਬਜ਼ੁਰਗ ਮਿਲਿਆ ਗੁਰਦੁਆਰੇ ਆਇਆ, ਕਹਿੰਦਾ ਗਿਆਨੀ ਜੀ ਸਾਡੀਆਂ ਰੌਣ ਕਿਲ੍ਹੇ ਦੀਆਂ 23 ਲੜਕੀਆਂ ਦੂਜੇ ਮਤਾਂ ਦੇ ਲੜਕਿਆਂ ਨਾਲ ਜਾ ਚੁੱਕੀਆਂ ਨੇ 23। ਪਤਾ ਲੱਗਾ ਉਹਨਾਂ 23 ਵਿੱਚੋਂ ਉਹ ਸਰਦਾਰ ਸਾਹਿਬ ਦੀ ਪੋਤਰੀ ਵੀ ਸੀ ਇੱਕ। ਤੁਸੀਂ ਕੁਝ ਕਰੋ ਪ੍ਰਚਾਰਕ ਜੀ, ਮੈਨੂੰ ਕਹਿੰਦੇ ਅੱਜ ਤੋਂ 6 ਸਾਲ ਪਹਿਲਾਂ ਦੀ ਗੱਲ ਹੈ, ਤੁਸੀਂ ਕੁਝ ਕਰੋ ਜੀ। ਮੈਂ ਕਿਹਾ 7 ਵਜਣ ਦੀ ਜੋਬ ਹੈ ਮੇਰੀ, ਡਿਊਟੀ ਹੈ, ਫਰਜ਼ ਹੈ ਮੇਰਾ, ਜ਼ਰੂਰ ਕਰਾਂਗਾ। ਮੈਂ ਪੰਜਾਬ ਤੋਂ ਆਇਆ 4 ਦਿਨ ਵਾਸਤੇ, ਮੈਂ 4 ਮਹੀਨੇ ਰਹਿਣ ਲਈ ਤਿਆਰ ਹਾਂ, ਤੁਸੀਂ ਮੇਰੇ ਨਾਲ ਚਲੋ। ਕਿਹੜੇ ਕਿਹੜੇ ਘਰ 'ਚ ਘਟਨਾ ਵਾਪਰੀ ਆਪਾਂ ਘਰ ਚੱਲਦੇ ਹਾਂ, ਮੈਨੂੰ ਅੱਗੇ ਕਹਿੰਦਾ ਸਾਡੇ ਕੋਲ ਇੰਨਾ ਟਾਈਮ ਹੈ ਨਹੀਂ ਜੀ, ਮੈਨੂੰ ਅੱਗੇ ਕੀ ਕਹਿੰਦਾ ਜੀ ਸਾਡੇ ਕੋਲ ਇੰਨਾ ਟਾਈਮ ਹੈ ਨਹੀਂ ਜੀ। ਮੈਂ ਕਿਹਾ ਵਾਹ, ਆ 23 ਲੜਕੀਆਂ ਜਾ ਚੁੱਕੀਆਂ ਨੇ, ਤੁਹਾਡੇ ਕੋਲ ਟਾਈਮ ਹੈ ਨਹੀਂ, ਪ੍ਰਚਾਰਕਾਂ 'ਤੇ ਆਸ ਲਾ ਕੇ ਬੈਠੇ ਹੋ, ਮੈਂ ਕਹਿੰਦਾ ਮੈਂ ਤੁਹਾਡੇ ਨਾਲ ਤੁਹਾਡੀ ਮੈਨੂੰ ਤੁਸੀਂ ਪੈਸਾ ਵੀ ਕੋਈ ਨਾ ਦਿਓ, ਮੈਂ 4 ਦਿਨ ਨਹੀਂ, ਮੈਂ ਤੁਹਾਡੇ ਕੋਲ 4 ਮਹੀਨੇ ਰਹਿਣ ਲਈ ਤਿਆਰ ਹਾਂ, ਪਰ ਤੁਹਾਨੂੰ ਨਾਲ ਤੁਰਨਾ ਪਵੇਗਾ, ਘਰ ਤੁਹਾਨੂੰ ਦੱਸਣੇ ਪੈਣਗੇ, ਵਿਚਾਰਾ ਮੈਂ ਕਰਾਂਗਾ ਜਾ ਕੇ ਉਹਨਾਂ ਨਾਲ। ਨਹੀਂ ਸਾਡੇ ਕੋਲ ਇੰਨਾ ਵਕਤ ਹੈ ਨਹੀਂ, ਇਹ ਰੌਲਕਲਾ ਉੜੀਸਾ ਦੀ ਗੱਲ ਹੈ, ਸਾਡੇ ਕੋਲ ਇੰਨਾ ਟਾਈਮ ਹੈ ਨਹੀਂ ਜੀ। ਮੈਂ ਕਿਹਾ ਬਸ ਤੁਹਾਡੇ ਕੋਲ ਟਾਈਮ ਨਹੀਂ, ਅੱਜ 23 ਨੇ, ਅਗਲੇ ਸਾਲ 24 ਹੋ ਜਾਣੀਆਂ, ਫਿਰ 25 ਹੋ ਜਾਣੀਆਂ, ਫਿਰ 26 ਹੋ ਜਾਣੀਆਂ, ਫਿਰ 27, ਫਿਰ 30, ਫਿਰ 35, ਫਿਰ 40, ਫਿਰ 100, ਫਿਰ 200। ਸੁੱਤੇ ਰਹੋ, ਸਾਂਭੀ ਜਾਓ ਕਾਰੋਬਾਰ, ਤੁਹਾਡੀਆਂ ਨੇ ਫੈਕਟਰੀਆਂ ਦੁਕਾਨਾਂ ਨੂੰ ਕਿਸੇ ਨੇ ਕੀ ਕਰਨਾ, ਜੇ ਤੁਸੀਂ ਆਪਣੇ ਪਰਿਵਾਰ ਬਾਰੇ ਕਲਗੀਧਰ ਦੀ ਦਾਸਤਾਨ ਹੀ ਨਾ ਦੱਸ ਸਕੇ ਆਪਣੇ ਬੱਚਿਆਂ ਨੂੰ, ਸਿੱਖਾਂ ਦੀ ਵਿਲੱਖਣਤਾ ਹੀ ਨਾ ਦੱਸ ਸਕੇ ਦੂਜਿਆਂ ਨੂੰ, ਕੀ ਫਾਇਦਾ ਜੀ ਸਾਡਾ। ਨਿਸ਼ਾਨ ਸਾਹਿਬ ਗੁਰਦੁਆਰੇ ਦੀ ਬਾਹਰਲੀ ਨਿਸ਼ਾਨੀ ਹੈ, ਅਸਲੀ ਨਿਸ਼ਾਨ ਤਾਂ ਸਾਡੇ ਕੋਲ ਹੈ, ਪਰ ਅਸੀਂ ਉਹ ਪਰਿਭਾਸ਼ਾ ਦੱਸ ਹੀ ਨਹੀਂ ਪਾਏ ਆਪਣੇ ਪਰਿਵਾਰਾਂ ਨੂੰ, ਵਿਚਾਰ ਨਹੀਂ ਦੇ ਪਾਏ ਅਸੀਂ। ਜਦੋਂ ਸਾਡੇ ਕੋਲ ਗੁਰੂ ਦੀ ਵਿਚਾਰ ਹੋਏਗੀ, ਅੱਜ ਕਿੱਥੇ ਚਲਾ ਗਿਆ ਨੌਜਵਾਨ, ਕਿੱਥੇ ਗਈ ਹੈ ਗੁਰੂ ਦੀ ਵਿਚਾਰ ਜਿਹੜੀ ਸਾਡੇ ਕੋਲ ਹੋਣੀ ਚਾਹੀਦੀ ਸੀ। ਹੁਣ ਅਰਦਾਸ ਵਿੱਚ ਹੁਣ ਜਵਾਨੀ ਹੈ ਸਾਧ ਸੰਗਤ, ਜਵਾਨੀ ਕੰਟਰੋਲ 'ਚ ਹੋਵੇ ਕੰਮ, ਭਾਈ ਮਲਦੀ ਦਾਸ ਅਤੇ ਸੱਦੀ ਦਾਸ ਪੈਦਾ ਕਰਦੀ ਹੈ, ਬੜੀ ਕੀਮਤੀ ਗੱਲ ਲਿਖੀ ਹੈ। ਪਾਣੀ ਕੰਟਰੋਲ 'ਚ ਹੋਵੇ ਤਾਂ ਬਿਜਲੀ ਪੈਦਾ ਕਰਦਾ ਹੈ, ਪਾਣੀ ਕੰਟਰੋਲ ਤੋਂ ਬਾਹਰ ਹੋ ਜਾਏ, ਪਾਣੀ ਕੰਟਰੋਲ 'ਚ ਹੋਵੇ ਤਾਂ ਫਸਲ ਨੂੰ ਘਿਓ ਵਾਂਗੂ ਲੱਗਦਾ ਹੈ, ਪਾਣੀ ਕੰਟਰੋਲ ਤੋਂ ਬਾਹਰ ਹੋ ਜਾਏ ਤਾਂ ਪਾਣੀ ਹੀ ਫਸਲ ਨੂੰ ਮਾਰ ਦਿੰਦਾ ਹੈ। ਝੋਨੇ ਨੂੰ, ਜੀਰੀ ਨੂੰ, ਚੌਲਾਂ ਨੂੰ ਪਾਣੀ ਚਾਹੀਦਾ, ਪਰ ਇੱਕ ਲਿਮਿਟ ਹੈ ਨਾ ਵੀ ਇੰਨਾ ਚਾਹੀਦਾ, ਪਰ ਜੇ ਲਗਾਤਾਰ ਪਾਣੀ ਵਗਦਾ ਰਹੇ ਤਾਂ ਬਰਬਾਦ ਵੀ ਤਾਂ ਪਾਣੀ ਨੇ ਕਰਨਾ, ਤੱਤੀ ਤੋਏ ਨਾ ਪਲਵੈ, ਜੇ ਜਲ ਡੁੱਬੀ ਦੇ, ਤੱਤੀ ਤੋਏ ਨਾ ਪਲਵੈ, ਜੇ ਜਲ ਡੁੱਬੀ ਦੇ,
ਕਹਿਣ ਲੱਗੇ ਪਾਣੀ ਤੋਂ ਬਿਨਾਂ ਜਿਹੜੀ ਫਸਲ ਸੁੱਕ ਰਹੀ ਹੈ ਪਾਣੀ ਮਿਲੇਗਾ ਤੇ ਹਰੀ ਹੋ ਜਾਏਗੀ, ਪਰ ਜਿਹੜੀ ਸਾੜੀ ਪਾਣੀ ਨੇ ਦਿੱਤੀ ਉਹਨੂੰ ਹਰੀ ਕੌਣ ਕਰੂ? ਤੁਹਾਡੇ ਕੋਲ ਪਦਾਰਥ ਨਹੀਂ ਤੇ ਤੁਸੀਂ ਦੁਖੀ ਹੋ, ਜਿਹੜੇ ਪਦਾਰਥਾਂ ਕਰਕੇ ਮਾਇਕ ਪਦਾਰਥਾਂ ਕਰਕੇ ਦੁਖੀ ਨੇ, ਹਰਿਆ ਕੌਣ ਕਰੇਗਾ ਸਾਨੂੰ ਜੀ? ਕੌਣ ਹਰਿਆ ਕਰੇਗਾ? ਇੱਥੇ ਉਹ ਬੰਦਾ ਗੁਰਦੁਆਰੇ ਨਹੀਂ ਆ ਰਿਹਾ, ਉਹ ਬੰਦਾ ਬਾਣੀ ਨਹੀਂ ਪੜ੍ਹ ਰਿਹਾ, ਉਹ ਬੰਦਾ ਗੁਰੂ ਦੀ ਵਿਚਾਰ ਨਹੀਂ ਸੁਣ ਰਿਹਾ, ਕੌਣ? ਜਿਹਦੇ ਕੋਲ ਪੈਸਾ ਨਹੀਂ, ਤੇ ਜਿਹਦੇ ਕੋਲ ਪੈਸਾ ਹੈ ਉਹਦੇ ਕੋਲ ਧਨ ਪਦਾਰਥ ਹੈ, ਉਹ ਗੁਰੂ ਦੀ ਵਿਚਾਰ ਨਹੀਂ ਸੁਣ ਰਿਹਾ, ਦੱਸੋ ਫਿਰ ਕਰਜ ਸੁੱਖ ਆਏਗਾ ਕਿੱਥੋਂ ਜੀ? ਕਿੱਥੋਂ ਆਏਗਾ? ਕਿੱਥੋਂ ਵਿਚਾਰ ਸੁਣੇ ਜਾਣਗੇ? ਬਿਮਾਰੀਆਂ ਦੇ ਨਾਂ ਲੈਣਾ ਹੋਰ ਗੱਲ ਹੈ, ਬਿਮਾਰੀਆਂ ਦੇ ਹੱਲ ਵਾਸਤੇ ਤੁਰ ਪੈਣਾ ਹੋਰ ਗੱਲ ਹੈ। ਅਸੀਂ ਹੱਥ ਤੇ ਹੱਥ ਧਰਿਆ ਬਿਮਾਰੀਆਂ ਦੇ ਨਾਂ ਗਣੀ ਜਾ ਰਹੇ, ਆਹ ਹੋ ਰਿਹਾ ਜੀ, ਆਹ ਹੋ ਰਿਹਾ ਜੀ, ਇੱਥੇ ਇੱਦਾਂ ਹੋ ਰਿਹਾ ਜੀ। ਕਿਤੇ ਵੀ ਚਲੇ ਜਾਓ, ਜੰਮੂ ਆ ਜਾਓ, ਕਸ਼ਮੀਰ ਚਲੇ ਜਾਓ, ਇੱਧਰ ਬਿਹਾਰ ਚਲੇ ਜਾਓ, ਕਲਕੱਤੇ ਚਲੇ ਜਾਓ, ਰਾਂਚੀ ਚਲੇ ਜਾਓ, ਝਾਰਖੰਡ ਚਲੇ ਜਾਓ, ਜਿੱਥੇ ਮਰਜ਼ੀ ਚਲੇ ਜਾਓ, ਹਾਂਜੀ ਸਾਡੇ ਇੰਝ ਹੋ ਗਿਆ ਜੀ, ਸਾਡੇ ਆਹ ਹੋ ਗਿਆ ਜੀ। ਜ਼ਿੰਮੇਵਾਰੀ ਕਿਸ ਦੀ ਹੈ? ਕਿੰਨੀਆਂ ਮਾਵਾਂ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਨਾਲ ਫਤਿਹ ਬੁਲਾਈ ਹੈ? ਕਿੰਨਿਆਂ ਨੇ ਆਪਣੇ ਪਰਿਵਾਰਾਂ ਵਿੱਚ ਬੈਠ ਕੇ ਇਹ ਧਈਆ ਕੀਤਾ, ਮੈਂ ਆਪਣੇ ਪਰਿਵਾਰ ਦੇ ਵਿੱਚ ਪੰਜਾਬੀ ਬੋਲਣੀ ਹੈ, ਠੇਠ ਪੰਜਾਬੀ ਚ ਗੱਲ ਕਰਨੀ ਆਪਣੇ ਬੱਚਿਆਂ ਨਾਲ? ਅੱਜ ਤਾਂ ਸਾਡੇ ਬੱਚਿਆਂ ਨੂੰ ਕਹੀਏ 49, 59 ਸਰੋਂ ਪਾਣੀ ਲੰਘ ਗਿਆ, ਪਤਾ ਹੀ ਨਹੀਂ, ਦੱਸੇਗਾ ਕੌਣ ਜੀ ਕਿਹਦੀ ਜ਼ਿੰਮੇਵਾਰੀ ਹੈ ਜੀ? 49, 59, 59 ਇੰਗਲਿਸ਼ ਦੱਸੋਗੇ ਫਿਰ ਬੱਚੇ ਨੂੰ ਸਮਝ ਆਉਣੀ ਹੈ, ਇਹ ਦੱਸਣਾ ਕਿਹਨੇ ਸੀ ਭਲਾ? ਦੁਬਈ ਦੇ ਵਿੱਚ ਇੱਕ ਬਜ਼ੁਰਗ ਮਿਲਿਆ ਮੈਨੂੰ, ਕਹਿੰਦਾ ਪੁੱਤਰ ਮੈਂ ਇੱਕ ਨਿਯਮ ਪਾਲਿਆ ਆਪਣੇ ਘਰ 'ਚ, ਤੁਸੀਂ ਕਰ ਲਓ ਸ਼ੁਰੂ ਅੱਜ ਤੋਂ ਹੀ। ਕਹਿੰਦਾ ਮੈਂ ਆਪਣੇ ਘਰ ਦੇ ਵਿੱਚ ਪੰਜਾਬੀ ਤੋਂ ਸਿਵਾਏ ਦੂਜੀ ਗੱਲ ਹੀ ਨਹੀਂ ਕਰਦਾ, ਇੰਗਲਿਸ਼ ਉਸ ਬਾਪੂ ਨੂੰ ਆਉਂਦੀ, ਹਿੰਦੀ ਉਹਨੂੰ ਆਉਂਦੀ, ਉਰਦੂ ਉਹਨੂੰ ਆਉਂਦਾ। ਜਦੋਂ ਮੇਰੇ ਪੋਤਰੇ ਮੇਰੇ ਨਾਲ ਗੱਲ ਕਰਦੇ ਸੀ ਨਾ, ਜੇ ਉਹਨਾਂ ਦੀ ਭਾਸ਼ਾ 'ਚ ਇੱਕ ਹਿੰਦੀ ਦਾ ਲਫ਼ਜ਼ ਵੀ ਆ ਜਾਣਾ ਤਾਂ ਮੈਂ ਕਿਉਂ ਬੋਲਣਾ ਨਾ? ਦੂਜੇ ਪੋਤੇ ਕਹਿਣਾ ਤੈਨੂੰ ਪਤਾ ਦਾਦਾ ਜੀ ਨੂੰ ਹਿੰਦੀ ਨਹੀਂ ਆਉਂਦੀ, ਪੰਜਾਬੀ ਬੋਲ। ਕਹਿੰਦੇ ਜਦੋਂ ਉਹਨਾਂ ਨੇ ਪੰਜਾਬੀ ਤੋਂ ਬਿਨਾਂ ਕੋਈ ਲਫ਼ਜ਼ ਬੋਲਣਾ, ਮੈਂ ਸੁਣ ਵੀ ਲੈਣਾ, ਜਵਾਬ ਨਾ ਦੇਣਾ। ਤੇ ਜਦੋਂ ਬੱਚੇ ਪੰਜਾਬੀ, ਮੈਂ ਆਪ ਕੰਨੀ ਸੁਣੇ, ਜਦੋਂ ਬੱਚੇ ਪੰਜਾਬੀ ਬੋਲਦੇ, ਦਵਾਈ ਰੱਬ ਦੀ, ਪੰਜਾਬ 'ਚ ਪੈਦਾ ਹੋਇਆ ਬੱਚਾ ਵੀ ਉਹਨਾਂ ਵਰਗੀ ਪੰਜਾਬੀ ਨਹੀਂ ਸੀ ਬੋਲ ਸਕਦਾ। ਇਹਨੂੰ ਕਹਿੰਦੇ ਘਰ ਦੇ ਵਿੱਚ ਬਜ਼ੁਰਗ ਆਪਣੀ ਜ਼ਿੰਮੇਵਾਰੀ ਸਾਂਭ ਕੇ ਬੈਠਾ ਹੋਇਆ। ਅਤੇ ਅਸੀਂ ਸਾਡੀ ਤਾਂ ਆਦਤ ਇਹ ਹੁੰਦੀ, ਧਿਆਨ ਨਾਲ ਸੁਣਿਓ, ਅਸੀਂ ਇੱਥੋਂ ਅਮੈਰੀਕਾ ਕੈਨੇਡਾ ਜਾਈਏ ਅਤੇ ਗੋਰਿਆਂ ਦੇ ਨਾਲ ਸਾਨੂੰ ਇੰਗਲਿਸ਼ ਬੋਲਣੀ ਪੈਂਦੀ ਪੁੱਠੀ ਪੁੱਠੀ, ਪੰਜਾਬੀ ਨਹੀਂ, ਉਹ ਪੰਜਾਬੀ ਪ੍ਰਵਾਨ ਨਹੀਂ ਕਰਦੇ, ਉਹ ਕਹਿੰਦੇ ਸਾਡੇ ਵਾਂਗੂ ਬੋਲੋ ਜਿੱਦਾਂ ਸਾਨੂੰ ਆਉਂਦੀ। ਅਤੇ ਸਾਡੇ ਇੱਥੇ ਬਿਹਾਰ ਤੋਂ ਕੋਈ ਯੂਪੀ ਤੋਂ ਭਈਆ ਆ ਜਾਏ, ਸਾਰਾ ਟਬੋਦਰਾ ਹਿੰਦੀ ਬੋਲਦਾ, ਹਮਕੋ ਤੁਮਕੋ, ਉਹ ਨਾ ਹਿੰਦੀ ਰਹਿੰਦੀ ਨਾ ਪੰਜਾਬੀ ਰਹਿੰਦੀ, ਨਾ ਲਾਂਘਾ ਜਾਂਦਾ ਨਾ ਟਾਪਾ ਜਾਂਦਾ, ਨਾ ਹਿੰਦੀ ਹੈ ਨਾ ਪੰਜਾਬੀ ਹੈ, ਬਸ ਆਹ ਕਹਾਣੀ ਹੈ ਸਾਡੀ। ਜਲੂਸ ਕੱਢ ਕੇ ਰੱਖ ਦਿੱਤਾ ਸੀ ਜੇ ਭਾਸ਼ਾਵਾਂ ਦਾ, ਮਾਫ਼ ਕਰਨਾ। ਸਰਦਾਰ ਜਸਪਾਲ ਸਿੰਘ ਨੇ ਦਿੱਲੀ ਦੇ ਵਿੱਚ ਸਮੁੰਦਰੀ ਜਹਾਜ਼ਾਂ ਦੇ ਵਿੱਚ ਕੈਪਟਨ ਦੀ ਜੌਬ ਕਰਦੇ ਨੇ, ਪਿਛਲੇ ਦਿਨ ਉਹਨਾਂ 'ਤੇ ਕੇਸ ਵੀ ਹੋ ਗਿਆ ਸੀ, ਮੁਕੱਦਮਾ ਵੀ ਹੋ ਗਿਆ ਸੀ ਉਹਨਾਂ 'ਤੇ, ਉਹਨਾਂ ਨੇ ਕਿਤਾਬ ਲਿਖੀ ਸੀ ਜਿਹੜੀ ਇੱਕ ਪਾਦਰੀ ਦੇ ਨਾਲ ਗੱਲਬਾਤ ਡਿਬੇਟ ਹੋਈ ਸੀ ਉਹਨਾਂ ਦੀ ਆਹ ਬਟਾਲੇ ਦੇ ਲਾਗੇ, ਅਤੇ ਉਹਨਾਂ ਨੇ ਬੜੀ ਪਿਆਰੀ ਗੱਲ ਸੁਣਾਈ ਮੈਨੂੰ, ਜਦੋਂ ਬੰਗਲਾ ਸਾਹਿਬ ਕਥਾ ਕਰਦਾ ਧਿਆਨ ਨਾਲ ਸੁਣੇ। ਕਹਿੰਦੇ ਵੀਰ ਜੀ ਜਦੋਂ ਮੈਂ ਆਪਣੇ ਜ਼ਿੰਦਗੀ ਦੇ ਇੱਕ ਤਜਰਬਾ ਸਿੱਖਿਆ ਵੀ ਮੈਂ ਜਿਸ ਵੀ ਕੰਟਰੀ 'ਚ ਗਿਆ ਨਾ, ਕਿਸੇ ਵੀ ਸਟੇਟ ਦਾ ਮੈਨੂੰ ਬੰਦਾ ਮਿਲਿਆ, ਉਹਨੇ ਮੇਨ ਆਪਣੀ ਦੁਕਾਨ ਦਾ ਨਾਂ ਆਪਣੀ ਸਟੇਟ ਦੀ ਭਾਸ਼ਾ ਦਾ ਲਿਖਿਆ, ਦੂਜੇ ਨੰਬਰ 'ਤੇ ਉਹਨੇ ਕੀ ਕੀਤਾ ਜਿਹੜੀ ਉੱਥੋਂ ਦੀ ਭਾਸ਼ਾ ਜਿਵੇਂ ਇੰਗਲਿਸ਼ ਹੈ, ਉਹਨੇ ਦੂਜਾ ਨਾਂ ਇੰਗਲਿਸ਼ ਲਿਖਿਆ, ਮੇਨ ਉਹਨੇ ਆਪਣੀ ਜਿਵੇਂ ਮਰਾਠੀ ਹੈ ਉਹਨੇ ਮਰਾਠੀ ਭਾਸ਼ਾ 'ਚ ਲਿਖਿਆ, ਬਾਅਦ ਵਿੱਚ ਮੈਂ ਚਾਹ ਦੀ ਦੁਕਾਨ ਹੀ। ਕਹਿੰਦੇ ਮੈਂ ਉਦੋਂ ਇੱਕ ਸਿੱਖਿਆ ਲੈ ਲਈ ਵੀ ਅਸੀਂ ਵਿਸ਼ਨਕਾਰ ਹੀ ਬਣਾਉਂਦੇ ਹਾਂ, ਅਸੀਂ ਮੇਨ ਅੱਖਰ ਕਿਹੜੇ ਲਿਖਦੇ ਭਲਾ ਮੋਟੇ ਇੰਗਲਿਸ਼ ਦੇ, ਪੰਜਾਬੀ ਦੇ ਕੋਈ ਟਾਵਾਂ ਲਿਖਦਾ? ਪਹਿਲੀ ਗੱਲ ਤਾਂ ਪੰਜਾਬੀ ਨੂੰ ਲਿਖਣਾ ਤਾਂ ਲਿਖਿਆ, ਤਾਂ ਪਿੱਛੇ ਦੀ ਲਿਖਣਾ ਬਲੈਕ ਐਂਡ ਵਾਈਟ ਪਿੱਛੇ ਦੀ,
ਧਿਆਨ ਨਾ ਪਵੇ। ਕਹਿੰਦਾ ਮੈਂ ਆਪਣੀ ਪਤਨੀ ਨੂੰ ਕਿਹਾ ਜਿੱਦਣ ਆਪਾਂ ਆਪਣੇ ਪੁੱਤਰ ਦਾ ਆਨੰਦ ਕਾਰਜ ਕਰਨਾ ਨਾ, ਆਪਾਂ ਠੇਠ ਦਿੱਲੀ ਦੀ ਗੱਲ ਹੈ, ਠੇਠ ਪੰਜਾਬੀ ਵਿੱਚ ਵਿਆਹ ਦਾ ਕਾਰਜ ਪਾਉਣਾ ਆਪਾਂ। ਕਹਿੰਦਾ ਮੇਰੀ ਪਤਨੀ ਕਹਿੰਦੀ ਵੀ ਜਿੰਨਾ ਘਰਾਂ ਜਾਏਗਾ ਸਾਰੇ ਰਿਸ਼ਤੇਦਾਰਾਂ ਉੱਤੇ ਪੰਜਾਬੀ ਪੜ੍ਹਨੀ ਨਹੀਂ ਆਉਂਦੀ। ਕਹਿੰਦਾ ਮੈਂ ਆਖਿਆ ਫਿਰ ਜਦੋਂ ਗੁਆਂਢੀਆਂ ਘਰ ਪੜ੍ਹਾਉਣ ਜਾਣਗੇ ਡੁੱਬ ਕੇ ਤੇ ਮਰਨਗੇ ਨਾ, ਇੱਕ ਵਾਰ ਸ਼ਰਮ ਤੇ ਆਏਗੀ ਨਾ ਵੀ ਸਿੱਖ ਹੋ ਕੇ ਪੰਜਾਬੀ ਨਹੀਂ ਪੜ੍ਹਨੀ ਆਉਂਦੀ, ਸਿੱਖ ਹੋ ਕੇ ਆਪਣੀ ਭਾਸ਼ਾ ਨਹੀਂ ਪੜ੍ਹਨੀ ਆਉਂਦੀ, ਸਾਨੂੰ ਕੌਣ ਦੱਸੇਗਾ ਜੀ, ਸਾਨੂੰ ਕੌਣ ਸਮਝਾਏਗਾ ਸਾਨੂੰ। ਅਸੀਂ ਸਾਡਾ ਤੇ ਘਰ ਹੁੰਦਾ ਨਾ, ਅਸੀਂ ਨੇਮ ਪਲੇਟ ਵੀ ਹਿੰਦੀ ਇੰਗਲਿਸ਼ 'ਚ ਲਿਖਦੇ ਹਾਂ, ਭਲੇ ਸ਼ੁਰੂਆਤ ਕਰਦੇ ਹੋ, ਹੁਣ ਹੀ ਕਰਦੇ ਹੋ। ਭਾਸ਼ਾ ਕੋਈ ਵੀ ਆਵੇ ਤੁਹਾਨੂੰ, ਭਾਵੇਂ ਸਾਰੇ ਦੇਸ਼ ਦੀ ਭਾਸ਼ਾ ਹੋਣੀ ਚਾਹੀਦੀ ਹੈ, ਪਰ ਆਪਣੀ ਮਾਂ ਨੂੰ ਤਾਂ ਧੱਕਾ ਕਮ ਸੇ ਕਮ ਨਾ ਦਿਓ ਨਾ। ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ ਸੇਵਕ ਵਰਨ ਹੋਈ ਧਰਮ ਕੀ ਗੱਤ, ਆਓ ਵਾਪਸ ਪਰਤ ਆਓ। ਜੇ ਕਲਗੀਧਰ ਪਾਤਸ਼ਾਹ ਮਹਾਨ ਯੋਧੇ ਪਰਉਪਕਾਰੀ ਉਸ ਮਹਾਨ ਦਾਨੀ ਦੇ ਜੇ ਪ੍ਰਕਾਸ਼ ਪੁਰਬ ਮਨਾ ਰਹੇ ਹੋ, ਆਓ ਉਹਨਾਂ ਦੀਆਂ ਕੀਤੀਆਂ ਹੋਈਆਂ ਘਟਨਾਵਾਂ ਨੂੰ ਘਰ ਰੱਖਣ ਵਾਸਤੇ ਇੱਕ ਤਹੀਆ ਕਰ ਲਓ। ਮੁੱਢਲੀਆਂ ਗੱਲਾਂ ਆਪਣੇ ਬੱਚਿਆਂ ਨਾਲ ਕਰਨੀਆਂ ਸ਼ੁਰੂ ਕਰ ਦਿਓ, ਥੋੜ੍ਹੇ ਥੋੜ੍ਹੇ ਲਫ਼ਜ਼ ਇੱਕ ਮੈਂ ਬਣਾ ਲਓ, ਬੱਚਾ ਤੁਹਾਡਾ ਸਕੂਲ ਜਿਹੜੇ ਮਰਜ਼ੀ 'ਚ ਪੜ੍ਹੇ, ਘਰ ਦੀ ਇੱਕ ਮਰਿਆਦਾ ਬਣਾ ਲਓ, ਬੱਚੇ ਨਾਲ ਪੰਜਾਬੀ 'ਚ ਗੱਲ ਕਰਨੀ ਸ਼ੁਰੂ ਕਰੋ, ਥੋੜ੍ਹਾ ਕੁ ਸਮਾਂ ਮਿਹਨਤ ਕਰ ਲਓ। ਇੱਕ ਵਾਰ ਬੱਚੇ ਦੀ ਨੀਂਹ ਪੱਕ ਗਈ ਨਾ, ਫਿਰ ਉਸ ਬੱਚੇ ਨੇ ਆਪਣੇ ਬੱਚਿਆਂ ਨਾਲ ਵੀ ਪੰਜਾਬੀ 'ਚ ਗੱਲ ਕਰਿਆ ਕਰਨੀ ਹੈ। ਇਹ ਸਿਰਫ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਹੈ ਜੇ ਕਰ ਲਵਾਂਗੇ, ਪਰਿਵਾਰਾਂ ਵਿੱਚ ਧੀਆਂ ਨਾਲ ਚੰਗੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਈਏ। ਬਾਕੀ ਮੇਰੇ ਨੌਜਵਾਨ ਗੱਭਰੂ ਜਿਹੜੇ ਇੱਥੇ ਜੰਮੂ ਦੇ ਵਿੱਚ ਬਾਹਰੋਂ ਸਾਬਤ ਸੂਰਤ ਨੇ, ਅੰਦਰੋਂ ਵੀ ਨਸ਼ਿਆਂ ਨੂੰ ਤਿਆਗ ਕੇ ਵਹਿਮ ਭਰਮ ਪਖੰਡ ਕਰਮਕਾਂਡ ਛੱਡ ਕੇ ਪਾਤਸ਼ਾਹ ਦੀ ਗੋਦ ਵਿੱਚ ਬਹਿ ਕੇ ਆਪਣੇ ਜੀਵਨ ਨੂੰ ਬਤੀਤ ਕਰਨ, ਤਾਂ ਹੀ ਸਾਡੇ ਮਨਾਏ ਹੋਏ ਇਹ ਪੁਰਬ ਜਿਹੜੇ ਹਨ ਉਹ ਸਫਲ ਹੋ ਸਕਣਗੇ। ਪਾਤਸ਼ਾਹ ਕਿਰਪਾ ਕਰਨ, ਦਿੱਤਾ ਹੋਇਆ ਸਮਾਂ ਸਮਾਪਤ ਹੈ, ਸਾਰਿਆਂ ਦਾ ਧੰਨਵਾਦ, ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਦੂਰਾਂ ਨੇੜਿਆਂ ਤੋਂ ਚੱਲ ਕੇ ਇਹਨਾਂ ਵੀਰਾਂ ਦੇ ਕੀਤੇ ਹੋਏ ਇਸ ਉੱਦਮ ਸਦਕਾ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਦੇ ਇਸ ਗੁਰਮੁਖ ਸਮਾਗਮ ਵਿੱਚ ਜੁੜ ਕੇ ਬੈਠੇ ਹੋ। ਪਾਤਸ਼ਾਹ ਦੀ ਅੱਗੇ ਅਰਦਾਸ ਹੈ ਕਿ ਅਸੀਂ ਆਪਣੇ ਅੰਦਰੋਂ ਗੁਰੂ ਨੂੰ ਸਵੀਕਾਰ ਕਰ ਸਕੀਏ, ਵਹਿਮ ਭਰਮ ਪਖੰਡ ਕਰਮ ਕੰਡ ਛੱਡ ਕੇ ਗੁਰੂ ਦੀ ਵਿਚਾਰ ਜਿਹੜੀ ਹੈ ਉਹ ਜੀਵਨ ਦਾ ਆਧਾਰ ਬਣ ਜਾਏ। ਅਦਬ ਸਤਿਕਾਰ ਨਾਲ ਫਤਿਹ ਬੁਲਾਓ, ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ